ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਵਾਜੇ ਕੌਮ ਦੇ ਦਰਸ਼ਕ ਪ੍ਰੋਗਰਾਮ ਪੱਖ ਦੇ ਮਸਲੇ ਵਿੱਚ ਆਪ ਜੀ ਨੂੰ ਗਿਆ ਰੱਖਦੇ ਹਾਂ। ਅੱਜ ਆਪਾਂ ਬਹੁਤ ਹੀ ਨਾਮਵਾਰ ਸ਼ਖਸੀਅਤ, ਸਾਡੇ ਬਹੁਤ ਹੀ ਸਤਿਕਾਰਯੋਗ ਭਾਈ ਕਰਨੈਲ ਸਿੰਘ ਜੀ ਪੀਰ ਮਾਮਲ ਦੇ, ਜਿਹੜੇ ਪਹਿਲਾਂ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਪ੍ਰਧਾਨ ਵੀ ਰਹੇ ਤੇ ਹੁਣ ਜਿਹੜਾ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਉਹਦੇ ਨਾਲ ਆ, ਉਹਦੇ ਸਪੋਕਸ ਪਰਸਨ ਆ, ਤੇ ਉਹਨਾਂ ਨਾਲ ਆਪਾਂ ਅੱਜ ਗੱਲਬਾਤ ਕਰਦੇ ਹਾਂ। ਜਿਹੜਾ ਕਿਸਾਨਾਂ ਦਾ ਸੰਘਰਸ਼ ਚੱਲ ਰਿਹਾ, ਜਿਹਨੂੰ ਆਪਾਂ ਕਿਸਾਨੀ ਮੋਰਚਾ ਕਹਿ ਦਿੰਦੇ ਹਾਂ, ਕਿਸਾਨ ਮਜ਼ਦੂਰ ਮੋਰਚਾ ਵੀ ਕਹਿ ਦਿੰਦੇ ਹਾਂ, ਤਰ੍ਹਾਂ ਤਰ੍ਹਾਂ ਦੇ ਆਪਾਂ ਨਾਮ ਦਿੱਤੇ ਆ, ਤੇ ਜਿਹਨੂੰ ਮਤਲਬ ਕਿਸਾਨ ਜਥੇਬੰਦੀਆਂ ਜਾਂ ਸੰਯੁਕਤ ਮੋਰਚਾ ਚਲਾ ਰਿਹਾ, ਪੂਰੇ ਦੇਸ਼ ਦਾ ਮੋਰਚਾ ਬਣ ਗਿਆ, ਪੂਰੀ ਦੁਨੀਆਂ ਦੇ ਵਿੱਚ ਜਿਹੜੀ ਗੱਲਬਾਤ ਹੋ ਰਹੀ ਹੈ, ਪਰ ਉਹਦੇ ਦੌਰਾਨ ਘਟਨਾਵਾਂ ਵੀ ਵਾਪਰਦੀਆਂ ਹਨ, ਤੇ ਅਸੀਂ ਭਾਈ ਕਰਨੈਲ ਸਿੰਘ ਜੀ ਪੀਰ ਮਾਮਾ ਦੇ ਜਿਹੜੇ ਬਹੁਤ ਵਧੀਆ ਵਿਸ਼ਲੇਸ਼ਣ ਕਰ ਸਕਦੇ ਆ ਇਹਦੇ ਉੱਪਰ, ਤੇ ਤਾਂ ਇਹਨਾਂ ਨੂੰ ਆਪਾਂ ਲੈਣ ਤੇ ਆ, ਜਿਹੜਾ ਸਾਡੇ ਨਾਲ ਲੈਣ ਤੇ ਆ, ਇਹਦਾ ਮੋਰਚੇ ਦਾ ਵਿਸ਼ਲੇਸ਼ਣ ਕਰਾਂਗੇ, ਇਹਦੇ ਵਿੱਚ ਜਿਹੜੀਆਂ ਗੱਲਾਂ ਬਾਤਾਂ ਉਹਦੇ ਤੇ ਆਪਾਂ ਗੱਲਬਾਤ ਕਰਾਂਗੇ। ਸਭ ਤੋਂ ਪਹਿਲਾਂ ਜੀ ਆਇਆਂ ਤੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਰਘਵੀਰ ਸਿੰਘ ਜੀ, ਸਮੁੱਚੇ ਸਰੋਤਿਆਂ ਨੂੰ ਤੇ ਆਪ ਜੀ ਨੂੰ, ਸਿੱਖ ਕੌਮ ਨੂੰ, ਪੰਜਾਬੀਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਹਾਂਜੀ ਪੀਰ ਮਾਮਾ ਜੀ, ਸਭ ਤੋਂ ਪਹਿਲਾਂ ਤੇ ਅਸੀਂ ਸਿੱਧਾ ਜਿੱਦਾਂ ਇਸ ਗੱਲ ਤੇ ਆਉਣਾ ਚਾਹੁੰਦੇ ਹਾਂ ਵੀ ਮੋਰਚੇ ਨੂੰ ਤਕਰੀਬਨ ਜੇ ਪੰਜਾਬ ਦੇ 3 ਮਹੀਨੇ ਤੇ 3-2.5 ਮਹੀਨੇ ਤੋਂ ਉੱਪਰ ਦਾ ਸਮਾਂ ਦਿੱਲੀ ਬੈਠਿਆਂ ਨੂੰ ਹੋ ਗਿਆ। ਮੋਰਚਾ 26 ਤਰੀਕ ਤੱਕ ਇੱਦਾਂ ਸੀਗਾ ਵੀ ਬਹੁਤ ਹਾਈ ਲੈਵਲ ਤੇ ਸੀ, ਲੇਕਿਨ ਉਸ ਤੋਂ ਬਾਅਦ ਕੁਝ ਘਟਨਾਵਾਂ ਵਾਪਰੀਆਂ, ਤੇ ਤੁਸੀਂ ਇਸ ਮੋਰਚੇ ਨੂੰ ਜਿਹੜਾ ਕਿਸਾਨ ਮੋਰਚਾ ਇਹਨੂੰ ਕਿਵੇਂ ਲੈਂਦੇ ਹੋ, ਤੁਹਾਡੀ ਨਜ਼ਰ ਚ ਮੋਰਚਾ ਕੀ ਹੈ? ਦੇਖੋ ਭਾਈ ਸਾਹਿਬ, ਅੱਜ 75 ਦਿਨ ਹੋ ਗਏ ਨੇ ਇਸ ਮੋਰਚੇ ਨੂੰ ਦਿੱਲੀ ਦੇ ਵਿੱਚ ਲੱਗਿਆ ਹੋਇਆ, ਤੇ ਮੇਰੀ ਨਜ਼ਰ ਦੇ ਵਿੱਚ ਇਹ ਜਿਹੜਾ ਮੋਰਚਾ ਹੈ ਇਹ ਇੱਕ ਇਨਕਲਾਬ ਹੈ ਔਰ ਇੱਕ ਜਨ ਸਲਾਬ ਹੈ। ਇਹ ਕਿਸੇ ਵਿਅਕਤੀ ਵਿਸ਼ੇਸ਼ ਦਾ ਜਾਂ ਕਿਸੇ ਆਪਾਂ ਜਥੇਬੰਦੀ ਦਾ ਕੋਈ ਸੱਦਾ ਦਿੱਤਾ ਗਿਆ ਮੋਰਚਾ ਨਹੀਂ, ਇਹ ਆਪ ਮੁਹਾਰੇ ਇੱਕ ਲੋਕਾਂ ਦੇ ਅੰਦਰ ਇੱਕ ਜਾਗਰਤੀ ਹੈ, ਉਸ ਤਰ੍ਹਾਂ ਦੀ ਜਾਗਰਤੀ ਜਿਹੜੀਆਂ ਕਿ ਇੱਕ ਲਹਿਰਾਂ ਉੱਠਦੀਆਂ ਜਿਵੇਂ ਤਰੰਗਾਂ ਉੱਠਦੀਆਂ ਨੇ ਸਮੁੰਦਰ ਦੇ ਵਿੱਚ, ਉਸ ਤਰੀਕੇ ਦੀ ਇੱਕ ਇਹ ਜਨ ਸਲਾਬ ਹੈ ਜਿਸ ਦੇ ਵਿੱਚ ਹਰ ਫਿਰਕਾ, ਹਰ ਜਿਹੜਾ ਬੋਲੀ ਦੇ ਲੋਕ, ਹਰ ਸਟੇਟ ਦੇ ਲੋਕ ਔਰ ਇਸ ਦੇ ਵਿੱਚ ਹਰ ਵਰਗ ਦੇ ਲੋਕ ਸ਼ਾਮਿਲ ਹੋ ਗਏ ਨੇ। ਇਸ ਕਰਕੇ ਮੋਰਚਾ ਜਿਹੜਾ ਹੈ ਆਪਣੇ ਆਪ ਵਿੱਚ ਇੱਕ ਇਤਿਹਾਸਿਕ ਮੋਰਚਾ ਬਣ ਚੁੱਕਾ ਹੈ। ਜਦੋਂ ਆਪਾਂ ਕਦੇ ਗੱਲ ਕਰਦੇ ਹਾਂ 35-40 ਸਾਲਾਂ ਬਾਅਦ ਇੱਕ ਜਿਹੜੀ ਮੂਵਮੈਂਟ ਬਣਦੀ ਹੈ, ਜਿਵੇਂ ਕਿ ਧਰਮ ਯੁੱਧ ਮੋਰਚਾ ਸੀ, ਉਹ ਤੁਸੀਂ ਖੁਦ ਉਸ ਨੂੰ ਆਪਣੇ ਪਿੰਡੇ ਤੇ ਹੰਡਾਇਆ, 13 ਅਪ੍ਰੈਲ 1978 ਦੀ ਵਿਸਾਖੀ ਤੋਂ ਸ਼ੁਰੂ ਹੋਇਆ, ਤੇ ਉਸਨੇ ਇੱਕ ਪੀਕ ਤੇ ਜਾ ਕੇ ਇੱਕ ਪੂਰੀ ਕੌਮ ਨੂੰ ਜਾਗਰੂਕ ਕਰ ਦਿੱਤਾ ਸੀ। ਲੇਕਿਨ ਇਹ ਜਿਹੜਾ ਹੈ ਇਸ ਮੋਰਚੇ ਦੇ ਵਿੱਚ ਕਿਸਾਨ ਸੰਘਰਸ਼ ਦੇ ਵਿੱਚ ਅੱਜ ਦੂਸਰੇ ਧਰਮਾਂ ਦੇ ਲੋਕ ਉਹ ਵੱਡੀ ਪੱਧਰ ਦੇ ਉੱਤੇ ਇਹਦੇ ਵਿੱਚ ਸ਼ਾਮਿਲ ਹੋ ਗਏ ਨੇ। ਜਿਵੇਂ ਕਿ ਪੰਜਾਬ ਤੇ ਹਰਿਆਣੇ ਦੇ ਆਪਸੀ ਸੰਬੰਧ ਜਿਹੜੇ ਆ ਬੜੇ ਕੁੜੱਤਣ ਭਰੇ ਸਨ ਰਾਜਨੀਤਿਕ ਲੋਕਾਂ ਦੇ ਕਰਕੇ, ਲੇਕਿਨ ਅੱਜ ਹਰਿਆਣੇ ਦੇ ਵਿੱਚ ਜਿਹੜੇ ਲੋਕ ਨੇ ਉਹ ਅੱਖਾਂ ਵਿਛਾ ਕੇ ਜੇ ਪੰਜਾਬੀਆਂ ਦਾ ਸਤਿਕਾਰ ਕਰ ਰਹੇ ਨੇ। ਇਸੇ ਤਰ੍ਹਾਂ ਦਿੱਲੀ ਦੇ ਵਿੱਚ ਜਿਹੜੇ ਲੋਕ ਬੈਠੇ ਨੇ, ਰਾਜਸਥਾਨ ਦੇ ਵਿੱਚ ਔਰ ਅਲੱਗ ਅਲੱਗ ਸਟੇਟਾਂ ਤੋਂ, ਤਾਂ ਉੱਥੇ ਹਰ ਬੋਲੀ ਦਾ, ਹਰ ਧਰਮ ਦਾ ਤੇ ਹਰ ਮਜ਼ਹਬ ਦਾ ਜਿਹੜਾ ਲੋਕ ਹੈ ਉੱਥੇ ਆ ਚੁੱਕਾ ਔਰ ਇਹ ਆਪਣੇ ਆਪ ਦੇ ਵਿੱਚ ਇੱਕ ਸ਼ਹਿਰ ਵੱਸ ਚੁੱਕੇ ਨੇ, ਚਾਹੇ ਗਾਜ਼ੀਪੁਰ ਹੋਵੇ ਬਾਰਡਰ, ਚਾਹੇ ਸਿੰਘੂ ਬਾਰਡਰ ਹੋਵੇ, ਚਾਹੇ ਕੁੰਡਲੀ ਬਾਰਡਰ ਹੋਵੇ, ਜਾਂ ਤਕਰੀਬਨ ਦੇਸ਼ ਦੁਨੀਆ ਦੇ ਤਕਰੀਬਨ ਜਿਹੜੇ 713 ਜ਼ਿਲ੍ਹੇ ਨੇ ਆਪਣੇ ਭਾਰਤ ਦੇ, ਉਹਨਾਂ ਦੇ ਵਿੱਚੋਂ ਤਕਰੀਬਨ 710 ਦੇ ਕਰੀਬ ਜ਼ਿਲ੍ਹਿਆਂ ਦੇ ਵਿੱਚ ਇਹ ਮੂਵਮੈਂਟ ਚੱਲ ਰਹੀ ਹੈ ਤੇ ਆਪਣੇ ਆਪ ਵਿੱਚ ਬੜੀ ਇੱਕ ਇਤਿਹਾਸਿਕ ਮੂਵਮੈਂਟ ਬਣ ਚੁੱਕੀ ਹੈ। ਭਾਈ ਕਰਨੈਲ ਸਿੰਘ, ਜਿਹੜੀ ਅਸੀਂ ਗੱਲ ਕਰਨੀ ਚਾਹੁੰਦੇ ਹਾਂ ਉਹ ਇਹੀ ਕਰਨੀ ਚਾਹੁੰਦੇ, ਬਹੁਤ ਵਧੀਆ ਤੁਸੀਂ ਨਾਲ ਗੱਲ ਛੋਹ ਦਿੱਤੀ ਆ ਕਿ ਜਿਹੜਾ 1978 ਤੋਂ ਮਤਲਬ ਬਾਅਦ ਧਰਮ ਯੁੱਧ ਮੋਰਚਾ ਲੜਿਆ ਗਿਆ ਕਿੱਦਾਂ ਹੋਇਆ। ਅੱਜ ਵੀ ਜਿੱਦਾਂ ਬਹੁਤ ਜਿੱਦਾਂ ਖਾਸ ਤੌਰ ਤੇ ਪੰਜਾਬੀਆਂ ਚ ਉਹਦੇ ਵਿੱਚ ਵੀ ਖਾਸ ਕਰਕੇ ਸਿੱਖਾਂ ਨੂੰ ਇਹ ਗੱਲ ਜਿੱਦਾਂ ਮਤਲਬ ਕਿਸੇ ਨਾ ਕਿਸੇ ਤਰ੍ਹਾਂ ਅੰਦਰ ਨਹੀਂ ਜਾ ਰਹੀ ਕਿ ਜਿਹੜਾ ਕਿਸਾਨ ਮੋਰਚਾ ਆ ਇਹ ਕਿਸਾਨ ਮੋਰਚਾ ਆ ਜਾਂ ਇਹ ਸਿੱਖ ਹੋਣ ਦਾ ਮੋਰਚਾ ਆ। ਇੱਥੇ ਥੋੜਾ ਜਿਹਾ ਜਿੱਦਾਂ ਕਨਫਿਊਜ਼ਿੰਗ ਹੈਗੀ ਆ ਨੌਜਵਾਨਾਂ ਦੇ ਵਿੱਚ, ਸਿੱਖ ਜਥੇਬੰਦੀਆਂ ਦੇ ਵਿੱਚ, ਤੁਸੀਂ ਕਿੱਦਾਂ ਸਮਝਦੇ ਕਿ ਹੈ ਜਾਂ ਮੇਰਾ ਹੀ ਵਿਚਾਰ ਆ? ਨਹੀਂ ਨਹੀਂ, ਇਹ ਗੱਲ ਇਸ ਤਰ੍ਹਾਂ ਹੈ ਜੀ ਕਿ ਦੇਖੋ ਜੇ ਪੰਜਾਬ ਦੇ ਲੋਕ ਨਾ ਉੱਠਦੇ ਤੇ ਸ਼ਾਇਦ ਇਹ ਕਿਸਾਨ ਮੋਰਚਾ ਜਿਸ ਕਦਰ ਇੱਕ ਆਪਣਾ ਵਿਸ਼ਾਲ ਰੂਪ ਧਾਰ ਕਰ ਸਕਿਆ ਇਹ ਨਾ ਹੁੰਦਾ।
ਇਸ ਦੇ ਵਿੱਚ ਇੱਕ ਵਿਸ਼ੇਸ਼ਤਾ ਇਹ ਆ ਕਿ ਪੰਜਾਬੀਆਂ ਨੇ, ਖਾਸ ਕਰਕੇ ਸਿੱਖ ਕੌਮ ਨੇ, ਐਨ ਆਰ ਆਈ ਭਾਈਚਾਰੇ ਨੇ ਬਹੁਤ ਹੀ ਡੰਗਿਆਈ ਦੇ ਵਿੱਚ ਜਾ ਕੇ ਇਸ ਕਿਸਾਨ ਮੋਰਚੇ ਨੂੰ ਸਮਰਥਨ ਦਿੱਤਾ, ਤੇ ਵਾਰ ਵਾਰ ਜਿਹੜਾ ਇੱਕ ਮੂਵਮੈਂਟ ਉੱਠਦੀ ਏ ਉਹ ਇੱਕ ਸਿੱਖ ਮਾਨਸਿਕਤਾ ਦੇ ਅੰਦਰ ਜਿਹੜੀ ਇੱਕ ਜਜ਼ਬੇ ਦੀ ਭਾਵਨਾ ਹੈ, ਜਿਹੜੀ ਇੱਕ ਆਜ਼ਾਦੀ ਦੀ ਭਾਵਨਾ ਹੈ, ਜਿਹੜੀ ਇੱਕ ਦ੍ਰਿੜਤਾ ਦੀ ਭਾਵਨਾ ਹੈ, ਜਿਹੜੀ ਇਹ ਜ਼ੁਲਮ ਦੇ ਖਿਲਾਫ ਲੜਨ ਦੀ ਭਾਵਨਾ ਹੈ, ਜੋ ਸਾਡੇ ਗੁਰੂ ਸਾਹਿਬਾਨ ਨੇ ਸਾਨੂੰ ਜੋ ਬਖਸ਼ਿਸ਼ ਕੀਤੀ ਏ ਕਿ ਜ਼ੁਲਮ ਕਰਨਾ ਪਾਪ ਏ ਤੇ ਜ਼ੁਲਮ ਸਹਿਣਾ ਉਸ ਤੋਂ ਵੀ ਵੱਡਾ ਪਾਪ ਏ, ਤੇ ਜਿਹੜੀ ਰੋਜ਼ ਅਸੀਂ ਸੰਕਲਪ ਲੈਂਦੇ ਹਾਂ, ਅਰਦਾਸ ਕਰਦੇ ਹਾਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ, ਤੇ ਸੰਗਤ ਤੇ ਪੰਗਤ ਦਾ ਜਿਹੜਾ ਸੰਕਲਪ ਏ, ਉਸ ਦੀ ਇੱਕ ਮਿਸਾਲ ਜਿਹੜੀ ਏ ਉਹ ਇਸ ਕਿਸਾਨ ਸੰਘਰਸ਼ ਨੇ ਪੂਰੀ ਦੁਨੀਆਂ ਦੇ ਸਾਹਮਣੇ ਰੱਖੀ ਏ। ਮੈਂ ਸਮਝਦਾ ਕਿ ਇਹ ਜਿਹੜਾ 21ਵੀਂ ਸਦੀ ਦੇ ਵਿੱਚ ਜਿਹੜਾ 2020 ਦੇ ਵਿੱਚ ਇਹ ਮੋਰਚਾ ਸ਼ੁਰੂ ਹੋਇਆ ਤੇ 2021 ਦੇ ਵਿੱਚ ਪ੍ਰਵੇਸ਼ ਕਰ ਗਿਆ, ਇਹ ਆਪਣੇ ਆਪ ਵਿੱਚ ਸਿੱਖ ਕੌਮ ਨੂੰ ਇੱਕ ਵੱਖਰੇ ਰੂਪ ਦੇ ਵਿੱਚ, ਜੋ ਅਸੀਂ ਆਪਣੇ ਮੂਲ ਭਾਵਨਾ ਦਾ ਪ੍ਰਗਟਾਵਾ ਕਰਨਾ ਚਾਹੁੰਦੇ ਸੀ, ਉਸ ਦਾ ਵੀ ਨਾਲ ਨਾਲ ਉਹ ਹੋ ਰਿਹਾ ਹੈ। ਔਰ ਇਸ ਦੇ ਵਿੱਚ ਠੀਕ ਹੈ, ਸਾਡਾ ਨੁਕਸਾਨ ਵੀ ਬਹੁਤ ਵੱਡੇ ਪੱਧਰ ਤੇ ਹੋਇਆ ਹੈ, ਆਰਥਿਕ ਤੌਰ ਤੇ ਵੀ ਸਾਡਾ ਬਹੁਤ ਪੈਸਾ ਲੱਗ ਚੁੱਕਾ ਲੱਗ ਰਿਹਾ ਹੈ, ਲੇਕਿਨ ਇਸ ਦੇ ਬਹੁਤ ਸਾਰੇ ਫਾਇਦੇ ਹੋਏ ਨੇ। ਸਾਡੀ ਜਿਹੜੀ ਨੌਜਵਾਨ ਪੀੜ੍ਹੀ ਏ, ਜਿਸ ਦੇ ਉੱਤੇ ਲਾਂਛਨ ਲਾਏ ਜਾਂਦੇ ਸੀ ਕਿ ਉਹ ਨਸ਼ਈ ਹੋ ਗਈ ਏ, ਜਾਂ ਉਹ ਬਜ਼ੁਰਗਾਂ ਦੇ ਨਾਲ ਬੈਠ ਨਹੀਂ ਸਕਦੀ, ਜਾਂ ਉਹ ਕਿਰਤ ਨਹੀਂ ਕਰ ਸਕਦੀ, ਜਾਂ ਉਹ ਇੱਕ ਸੰਜਮ ਨਹੀਂ ਰੱਖ ਸਕਦੀ, ਜੋਸ਼ ਦੇ ਨਾਲ ਹੋਸ਼ ਨਹੀਂ ਰੱਖ ਸਕਦੀ, ਉਹ ਸਾਰੀਆਂ ਗੱਲਾਂ ਜਿਹੜੀਆਂ ਕੀਰਤੀਮਾਨ ਇੱਥੇ ਇੱਕ ਉਹਨਾਂ ਨੇ ਰਿਕਾਰਡ ਤੋੜ ਕਰ ਦਿੱਤਾ ਕਿ ਅਸੀਂ ਕਿਸੇ ਧਰਮ ਨੂੰ ਨਫ਼ਰਤ ਨਹੀਂ ਕਰਦੇ, ਅਸੀਂ ਜਜ਼ਬਾਤਾਂ ਦੇ ਵਿੱਚ ਜ਼ਰੂਰ ਰਹਿੰਦੇ ਹਾਂ ਤੇ ਜਜ਼ਬਾਤ ਹੋਣੇ ਵੀ ਚਾਹੀਦੇ ਨੇ, ਲੇਕਿਨ ਜਜ਼ਬਾਤਾਂ ਦੇ ਨਾਲ ਸਾਡੇ ਵਿੱਚ ਸੂਝ ਬੂਝ ਏ ਕਿ ਅਸੀਂ ਵੱਡਿਆਂ ਦਾ ਸਤਿਕਾਰ ਤੇ ਛੋਟਿਆਂ ਨੂੰ ਪਿਆਰ ਕਰਨਾ, ਉਹ ਸਾਰੀਆਂ ਗੱਲਾਂ ਜਿਹੜੀਆਂ ਨੇ ਉਹ ਇੱਥੇ ਅੱਜ ਮੀਡੀਆ ਦੇ ਵਿੱਚ ਵਾਰ ਵਾਰ ਨਜ਼ਰ ਆ ਰਹੀਆਂ ਨੇ। ਇਸੇ ਕਰਕੇ ਨੈਸ਼ਨਲ ਮੀਡੀਆ ਤਾਂ ਚਲੋ ਸਰਕਾਰ ਦੇ ਪ੍ਰਭਾਵ ਹੇਠ ਹੈਗਾ, ਲੇਕਿਨ ਇੰਟਰਨੈਸ਼ਨਲ ਮੀਡੀਆ ਜਿਹੜਾ BBC ਏ, ਜਾਂ ਅਲ ਜੰਜੀਰਾ, ਜਾਂ CNN ਵਰਗੇ ਜਿਹੜੇ ਵੱਡੇ ਜਿਹੜੇ TV ਚੈਨਲ ਨੇ, ਇਲੈਕਟ੍ਰੋਨਿਕ ਮੀਡੀਆ, ਪ੍ਰਿੰਟ ਮੀਡੀਆ ਔਰ ਸਿੱਖ ਮੀਡੀਆ ਜਿਨ੍ਹਾਂ 'ਚ ਤੁਸੀਂ ਸਾਰੇ ਸ਼ਾਮਿਲ ਹੋ, ਉਹ ਇਸ ਨੂੰ ਬੜੀ ਹੀ ਇੱਕ ਵੱਖਰੀ ਢੰਗ ਦੇ ਨਾਲ ਇਸ ਨੂੰ ਪੇਸ਼ ਕਰ ਰਿਹਾ ਹੈ, ਤੇ ਤਾਂ ਕਿ ਜਿਹੜੇ ਇਹਦੇ ਵਿੱਚ ਵਿਲੱਖਣ ਕਾਰਜ ਹੋ ਰਹੇ ਨੇ ਜਾਂ ਵਿਲੱਖਣ ਪ੍ਰਗਟਾਵੇ ਹੋ ਰਹੇ ਨੇ, ਉਹਨਾਂ ਦੀਆਂ ਮਿਸਾਲਾਂ ਦੇ ਕੇ ਦੱਸਿਆ ਜਾ ਰਿਹਾ ਹੈ ਕਿ ਦੁਨੀਆਂ ਦੇ ਵਿੱਚ ਸੰਘਰਸ਼ ਬੜੇ ਲੜੇ ਜਾਂਦੇ ਆ, ਪਰ ਜਬਰ ਦਾ ਮੁਕਾਬਲਾ ਸਬਰ ਨਾਲ ਕਿਵੇਂ ਕਰਨਾ, ਉਹ ਇੱਥੇ ਹੀ ਨਜ਼ਰ ਆ ਰਿਹਾ। ਹਾਂਜੀ, ਆਪਣੇ ਜਿਸ ਤਰ੍ਹਾਂ ਨੌਜਵਾਨਾਂ ਦੀ ਗੱਲ ਤੁਸੀਂ ਕਰਦੇ ਆ, ਜਿੱਦਾਂ 26 ਤੋਂ ਪਹਿਲਾਂ ਜਿਹੜੇ ਪ੍ਰੋਗਰਾਮ ਸੀ, ਇੱਕ ਬਹੁਤ ਵੱਡਾ ਪ੍ਰੋਗਰਾਮ ਹੈ, ਦੁਨੀਆਂ ਦਾ ਪੂਰਾ ਮੀਡੀਆ ਮੇਰੇ ਖਿਆਲ 110 ਜਿਹੜੀਆਂ ਵੱਡੀਆਂ ਕੰਪਨੀਆਂ ਬਾਹਰ ਵਿਦੇਸ਼ਾਂ ਦੇ ਵਿੱਚੋਂ ਜਿਹੜੀਆਂ ਟੈਲੀਵਿਜ਼ਨ ਮੀਡੀਆ ਦੇ ਨਾਲ ਸੰਬੰਧ ਰੱਖਦੀਆਂ, ਉਹ ਵੀ ਪਹੁੰਚੀਆਂ ਹੋਈਆਂ ਸਨ, ਜੋ ਦੇਖਣਾ ਜਾਂ ਦਿਖਾਉਣਾ ਚਾਹੁੰਦੇ ਸੀ ਜਾਂ ਜਥੇਬੰਦੀਆਂ ਕਰਨੀਆਂ ਚਾਹੁੰਦੀਆਂ ਸੀ, ਪਰ ਉਹਨੂੰ ਕਿਤੇ ਨਾ ਕਿਤੇ ਮਤਲਬ ਮੋੜ ਕੇ ਲਾਲ ਕਿਲੇ ਤੇ ਕੇਂਦਰਿਤ ਕਰ ਦਿੱਤਾ ਗਿਆ, ਉਹ ਘਟਨਾ ਨੂੰ ਤੁਸੀਂ ਕਿੱਦਾਂ ਲੈਂਦੇ? ਨਹੀਂ, ਦੇਖੋ ਅਸਲ ਦੇ ਵਿੱਚ ਇਹ ਆ ਕਿ ਜਿਹੜੀਆਂ ਕਿਸਾਨ ਜਥੇਬੰਦੀਆਂ ਨੇ, ਉਹਨਾਂ ਨੇ ਆਪਣੀ ਜ਼ਿੰਦਗੀ ਦੇ ਵਿੱਚ ਏਡਾ ਵੱਡਾ ਕਦੀ ਸੰਘਰਸ਼ ਦੇਖਿਆ ਵੀ ਨਹੀਂ, ਤੇ ਨਾ ਹੀ ਉਹਨਾਂ ਨੇ ਕਦੀ ਏਡੀ ਵੱਡੀ ਆਸ ਕੀਤੀ ਸੀ ਕਿ ਉਹਨਾਂ ਨੂੰ ਏਡਾ ਵੱਡਾ ਸਮਰਥਨ ਮਿਲੇਗਾ। ਤੇ ਜਦੋਂ ਕੋਈ ਵਿਅਕਤੀ ਵਿਸ਼ੇਸ਼ ਇਹ ਸਮਝ ਲੈਂਦਾ ਹੈ ਕਿ ਸ਼ਾਇਦ ਇਹ ਲੋਕ ਸਾਡੇ ਸੱਦੇ ਤੇ ਆ ਰਹੇ ਨੇ ਤੇ ਸਾਡੀਆਂ ਗਿਣਤੀਆਂ ਮਿੰਤੀਆਂ ਮੁਤਾਬਕ ਹੀ ਆਉਣਗੇ, ਤਾਂ ਉੱਥੇ ਗਲਤੀ ਲੱਗ ਗਈ ਕਿਸਾਨ ਜਥੇਬੰਦੀਆਂ ਨੂੰ, ਮੈਂ ਸਮਝਦਾ ਕਿ ਨਹੀਂ ਤਾਂ ਜਿੰਨੀ ਵੱਡੀ ਪੱਧਰ ਦੇ ਉੱਤੇ ਉਹਨਾਂ ਨੇ ਆਵਾਜ਼ ਦਿੱਤੀ ਸੀ ਤੇ ਉਹਨਾਂ ਨੂੰ ਓਡੇ ਵੱਡੇ ਪੱਧਰ ਤੇ ਪ੍ਰਬੰਧ ਕਰਨੇ ਚਾਹੀਦੇ ਸੀ, ਵਲੰਟੀਅਰ ਜਿਹੜੇ ਸਨ ਉਹਨਾਂ ਨਾਲ ਤੇ ਜਿਹੜੇ ਨੌਜਵਾਨ ਤੇ ਬਜ਼ੁਰਗਾਂ ਦਾ ਆਪਸੀ ਇੱਕ ਸੁਮੇਲ ਹੋਣਾ ਚਾਹੀਦਾ ਸੀ, ਉਹਦੇ ਵਿੱਚ ਕਿਤੇ ਨਾ ਕਿਤੇ ਫੇਲੀਅਰ ਆਇਆ। ਔਰ ਇਹੋ ਹੀ ਕਾਰਨ ਏ ਕਿ ਅਸੀਂ ਪੈਰਲਲ ਜਦੋਂ ਪ੍ਰੋਗਰਾਮ ਰੱਖ ਰਿਹਾ, ਪਹਿਲੀ ਗੱਲ ਕਿ 26 ਜਨਵਰੀ ਦਾ ਪ੍ਰੋਗਰਾਮ ਰੱਖਣ ਦੀ ਲੋੜ ਨਹੀਂ ਸੀ ਹੈਗੀ, ਕਿਉਂਕਿ ਉੱਥੇ ਜਿੰਨੇ ਵੀ ਲੋਕ ਗਏ ਹੋਏ ਸੀ ਉਹ ਆਪਣੇ ਆਪ ਵਿੱਚ ਹੀ ਆਪਣੀ ਸ਼ਕਤੀ ਦਾ ਪ੍ਰਦਰਸ਼ਨ ਕਰ ਰਹੇ ਸੀ। ਇੱਥੇ ਕੋਈ ਪ੍ਰੋਗਰਾਮ ਇਸ ਪੱਧਰ ਦਾ ਦਿੱਤਾ ਜਾਣਾ ਚਾਹੀਦਾ ਸੀ ਕਿ ਜਿਸ ਤਰੀਕੇ ਦੇ ਨਾਲ ਗੌਰਮੈਂਟ ਨੂੰ ਕਿਹਾ ਜਾਂਦਾ ਕਿ ਤੁਸੀਂ ਪਾਰਲੀਮੈਂਟ ਸੈਸ਼ਨ ਤੁਸੀਂ ਕਰਨ ਜਾ ਰਹੇ ਹੋ ਤੇ ਅਸੀਂ ਤੁਹਾਡਾ ਘਰਾਓ ਕਰਾਂਗੇ, ਜਾਂ ਕੋਈ ਇਸ ਤਰ੍ਹਾਂ ਦਾ ਜਿਵੇਂ ਹੁਣ ਇਲਾਕੇ ਵਾਈਜ਼ ਡਿਸਟ੍ਰਿਕਟ ਵਾਈਜ਼ ਜਾਂ ਜਿਹੜੇ BJP ਨਾਲ ਸੰਬੰਧਿਤ ਮੰਤਰੀ ਨੇ ਜਾਂ ਉਹਨਾਂ ਦੇ MLA ਨੇ ਜਾਂ ਉਹਨਾਂ ਦੇ ਜਿਹੜੇ ਮੈਂਬਰ ਪਾਰਲੀਮੈਂਟ ਨੇ, ਜਿਵੇਂ ਉਹਨਾਂ ਦਾ ਘਰਾਓ ਕੀਤਾ ਜਾ ਰਿਹਾ, ਕੋਈ ਇਹੋ ਜਿਹਾ ਠੋਸ ਪ੍ਰੋਗਰਾਮ ਦਿੱਤਾ ਜਾਂਦਾ ਤਾਂ ਇੱਕ એનર્ਜੀ ਘੱਟ ਵੇਸਟ ਹੋਣੀ ਸੀ, ਇੱਕ ਸਾਨੂੰ ਉਹਦਾ ਫਾਇਦਾ ਜ਼ਿਆਦਾ ਹੋਣਾ ਸੀ। ਹੁਣ ਇਹ ਦੇਖੋ ਕਿ 26 ਜਨਵਰੀ 1950 ਨੂੰ ਭਾਰਤ ਦਾ ਸੰਵਿਧਾਨ ਲਾਗੂ ਹੋਇਆ ਸੀ ਤਾਂ ਉਹ ਇੱਕ ਜਸ਼ਨ ਦੇ ਤੌਰ ਦੇ ਉੱਤੇ 26 ਜਨਵਰੀ ਮਨਾਇਆ ਜਾਂਦਾ, ਪਰ ਅਸੀਂ ਜਸ਼ਨ ਨਹੀਂ ਮਨਾ ਸਕਦੇ,
ਸਾਡਾ ਤਾਂ ਘਾਣ ਹੋ ਰਿਹਾ, ਸਾਡੇ ਹੱਕਾਂ ਹਕੂਕਾਂ ਦਾ ਇੱਕ ਖਿਲਵਾੜ ਕੀਤਾ ਜਾ ਰਿਹਾ, ਉਸੇ ਤਿਰੰਗੇ ਝੰਡੇ ਜਿਸ ਦੀ ਆਜ਼ਾਦੀ ਵਾਸਤੇ ਇੰਨੀਆਂ ਵੱਡੀਆਂ ਕੁਰਬਾਨੀਆਂ ਹੋਈਆਂ, ਅੱਜ ਉਸ ਦੀ ਛਾਂ ਹੇਠ ਜਿਹੜਾ ਵੱਡੇ ਪੱਧਰ ਦੇ ਉੱਤੇ ਇੱਕ ਜਿਹੜਾ ਡੈਮੋਕਰੇਟਿਕ ਹੱਕ ਹੈ ਕਿਸਾਨਾਂ ਦਾ, ਉਹ ਉਹਨਾਂ ਕੋਲ ਖੋਇਆ ਜਾ ਰਿਹਾ। ਸੋ ਬੜੇ ਹੀ ਸੰਜਮ ਤੇ ਵਧੀਆ ਤਰੀਕੇ ਦੇ ਨਾਲ, ਨਾ ਤਾਂ ਸਾਡਾ ਇੰਨਾ ਪੈਸਾ ਖਰਾਬ ਹੁੰਦਾ, ਨਾ ਸਾਡੀ ਇੰਨੀ ਐਨਰਜੀ ਖਰਾਬ ਹੁੰਦੀ, ਔਰ ਨਾ ਸਾਡੇ ਨਵਦੀਪ ਸਿੰਘ ਵਰਗੇ ਜਿਹੜੇ ਯੋਧੇ ਨੇ, ਜਿਹੜੇ ਭਾਈ ਹਰਦੀਪ ਸਿੰਘ ਡਿਬਡਿਬਾ ਦੇ ਪੋਤਰੇ ਨਹੀਂ, ਉਹ ਮੈਂ ਕਹਿੰਦਾ ਸਾਰੀ ਕੌਮ ਦੇ ਸਪੁੱਤਰ ਸਨ ਜਿਹੜੇ ਸਾਡੇ ਕੋਲੋਂ ਖੋਏ ਗਏ, ਔਰ ਕਿੰਨੇ ਨੌਜਵਾਨ ਜਿਹਨਾਂ ਤੇ ਤਸ਼ੱਦਦ ਹੋਇਆ ਉਹਨਾਂ ਨੂੰ ਜੇਲ੍ਹਾਂ 'ਚ ਜਾਣਾ ਪਿਆ, ਕਈਆਂ 'ਤੇ ਝੂਠੇ ਕੇਸ ਦਰਜ ਹੋ ਗਏ, ਔਰ ਸਾਡੇ ਜਾਨੀ ਤੇ ਮਾਲੀ ਬਹੁਤ ਨੁਕਸਾਨ ਹੋਇਆ, ਟਰੈਕਟਰਾਂ ਨੂੰ ਉਹਦੇ ਟਾਇਰ ਪਾੜ ਦਿੱਤੇ ਗਏ, ਮਸ਼ੀਨਰੀ ਬਹੁਤ ਟੁੱਟੀ ਇਸ ਸੰਘਰਸ਼ ਦੇ ਵਿੱਚ। ਸੋ ਇਹ ਇੱਕ ਤਜਰਬਾ ਜਿਹੜਾ ਕਿਸਾਨ ਲੀਡਰਸ਼ਿਪ ਨੂੰ ਜ਼ਰੂਰ ਆਉਣ ਵਾਲੇ ਸਮੇਂ ਦੇ ਵਿੱਚ ਗ੍ਰਹਿਣ ਕਰਨਾ ਚਾਹੀਦਾ ਹੈ ਕਿ ਸਾਨੂੰ ਉਹ ਹੀ ਪ੍ਰੋਗਰਾਮ ਦੇਣਾ ਚਾਹੀਦਾ ਜਿਸ ਦੇ ਵਿੱਚ ਸਾਡੀ ਜਿਹੜਾ ਖੱਜਲ ਖੁਆਰੀ ਘੱਟ ਹੋਵੇ ਤੇ ਸਾਨੂੰ ਫਾਇਦਾ ਜ਼ਿਆਦਾ ਹੋਵੇ, ਔਰ ਜਿਸ ਦੇ ਨਾਲ ਅਸੀਂ ਇੱਕਜੁੱਟ ਰਹਿ ਸਕੀਏ। ਹੁਣ ਇਹ ਦੇਖੋ ਵੀ ਇੰਨੀ ਵੱਡੀ ਤਾਦਾਦ ਦੇ ਵਿੱਚ ਲੋਕਾਂ ਨੂੰ ਬੁਲਾਇਆ ਗਿਆ ਸੀ ਤੇ ਫਿਰ ਇਹ ਕਿਹਾ ਗਿਆ ਕਿ ਤੁਸੀਂ 2-4 ਘੰਟੇ ਦੇ ਵਿੱਚ ਪ੍ਰੋਗਰਾਮ ਨੂੰ ਸਮਾਪਤ ਕਰ ਦਿਓ, ਤਾਂ ਇਹ ਨਾਮੁਮਕਿਨ ਸੀ, ਔਰ ਇਹਦਾ ਫਾਇਦਾ ਹੀ ਗੌਰਮੈਂਟ ਨੇ ਚੁੱਕਿਆ, ਔਰ ਉਹਨਾਂ ਨੇ ਲਾਲ ਕਿਲੇ ਵਾਲਾ ਰਸਤਾ ਜਿਹੜਾ ਉਹ ਉਸ ਪਾਸੇ ਨੂੰ ਖੋਲ ਦਿੱਤਾ ਗਿਆ, ਔਰ ਤੁਸੀਂ ਆਪ ਹੀ ਅੰਦਾਜ਼ਾ ਲਾ ਸਕਦੇ ਹੋ ਲਾਲ ਕਿਲੇ ਦੇ ਵਿੱਚ ਚਿੜੀ ਨਹੀਂ ਖੜਕਣ ਦਿੰਦੇ, ਔਰ ਉੱਥੇ ਕੋਈ ਕੋਈ ਉਹਨਾਂ ਦਾ ਪ੍ਰਬੰਧ ਨਹੀਂ ਸੀ, ਕੋਈ ਗੱਲ ਨਹੀਂ ਸੀ, ਤੇ ਫਿਰ ਵੀ ਇੱਥੇ ਜਿਹੜੇ ਨੌਜਵਾਨ ਨੇ ਉਹਨਾਂ ਨੇ ਸੰਜਮ ਦੇ ਵਿੱਚ ਰਹਿ ਕੇ ਕੋਈ ਗਲਤ ਕੰਮ ਨਹੀਂ ਕੀਤਾ, ਉਹਨਾਂ ਨੇ ਉੱਥੇ ਜਾ ਕੇ ਆਪਣੇ ਕਿਸਾਨ ਤੇ ਜਿਹੜਾ ਆਪਣਾ ਕੇਸਰੀ ਨਿਸ਼ਾਨ ਸਾਹਿਬ ਉਹ ਲਗਾ ਕੇ ਉਸੇ ਤਰ੍ਹਾਂ ਹੀ ਲਗਾਇਆ ਜਿਵੇਂ ਦਿੱਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਫਤਿਹ ਦਿਵਸ ਦੇ ਮੌਕੇ ਦੇ ਉੱਤੇ ਅਕਸਰ ਹੀ ਹਰ ਸਾਲ ਲਗਾਉਂਦੀ ਹੈ, ਔਰ ਰਾਜਨਾਥ ਸਿੰਘ ਵਰਗੇ ਕੇਂਦਰੀ ਮੰਤਰੀ ਉੱਥੇ ਪਹੁੰਚਦੇ ਨੇ। ਸਾਡੀ ਕਿਸਾਨ ਲੀਡਰਸ਼ਿਪ ਦਾ ਜਿਹੜਾ ਡਰਾਬੈਕ ਇਹ ਹੋਇਆ ਕਿ ਉਹ ਜੋ ਸਰਕਾਰ ਚਾਹੁੰਦੀ ਸੀ ਉਹੋ ਹੀ ਬੋਲੀ ਇਹ ਬੋਲਣ ਲੱਗ ਪਏ। ਹਾਂ, ਮੈਂ ਇਸੀ ਸਵਾਲ ਤੇ ਆਉਣਾ ਸੀ ਵੀ ਜੇ ਆਪਾਂ ਮੰਨਦੇ ਹਾਂ ਜਾਂ ਬਾਅਦ ਦੇ ਵਿੱਚ ਖਾਨ ਜਥੇਬੰਦੀਆਂ ਮੰਨਣ ਲੱਗ ਵੀ ਪਈਆਂ ਕਿ ਸਾਰੀ ਸਰਕਾਰ ਦੀ ਚਾਲ ਸੀ, ਤੇ ਦੇਖੋ ਜੀ ਉਸ ਜਦੋਂ ਵੀ ਕਿਸੇ ਵੀ ਸੰਘਰਸ਼ ਦੇ ਵਿੱਚ ਅਸੀਂ ਇਹ ਕਹਿ ਦਈਏ ਕਿ ਇਸ ਬੰਦੇ ਦੀ ਕੋਈ ਵੁਕਤ ਨੀ ਜਾਂ ਇਸ ਬੰਦੇ ਦੀ ਬਹੁਤ ਜ਼ਿਆਦਾ ਵੁਕਤ ਹੈ, ਤੇ ਉਹ ਫਿਰ ਵੁਕਤ ਜਿਹੜੀ ਹੈ ਨਾ ਹਰ ਇੱਕ ਬੰਦਾ ਆਪਣੀ ਬਣਾਉਣ ਵਾਸਤੇ ਕੋਈ ਨਾ ਕੋਈ ਆਪਣੀ ਉਹ ਧਰੁਵੀਕਰਨ ਕਰਦਾ, ਉਸ ਚੀਜ਼ ਦਾ ਹੀ ਇਸ ਗੱਲ ਦੇ ਵਿੱਚ ਹੋਇਆ ਕਿ ਇਹ ਜਿਹੜੇ ਦੋ ਨੌਜਵਾਨ ਸਨ ਦੀਪ ਸਿੱਧੂ ਤੇ ਲੱਖਾ ਸਧਾਣਾ, ਉਹਨਾਂ ਦੇ ਨਾਲ ਜਿਹੜੇ ਉਹਨਾਂ ਦੇ ਸਾਥੀ ਸੀ ਉਹਨਾਂ ਨੇ ਸੋਸ਼ਲ ਮੀਡੀਆ ਦੇ ਉੱਤੇ ਆਪਣੀ ਗੱਲ ਕਰਨੀ ਸ਼ੁਰੂ ਕਰ ਦਿੱਤੀ, ਕਿਸਾਨ ਜਥੇਬੰਦੀਆਂ ਨੇ ਆਪਣੀ ਕਰਨੀ ਸ਼ੁਰੂ ਕਰ ਦਿੱਤੀ, ਔਰ ਜਿਹੜਾ ਬੀਜੇਪੀ ਦਾ ਆਈਟੀ ਸੈੱਲ ਏ ਉਹਨਾਂ ਨੇ ਇਸ ਗੱਲ ਦਾ ਫਾਇਦਾ ਉਠਾ ਕੇ ਇੱਕ ਦੂਜੇ ਦੇ ਉੱਪਰ ਜਿਹੜੀਆਂ ਟਿੱਪਣੀਆਂ ਕਰਨ ਵਾਲੇ ਲੋਕਾਂ ਨੂੰ ਬੜਾਵਾ ਦੇਣਾ ਸ਼ੁਰੂ ਕਰ ਦਿੱਤਾ। ਅੱਜ ਇਹ ਹਾਲਾਤ ਬਣ ਗਏ ਨੇ ਕਿ ਕਿਸਾਨਾਂ ਨੂੰ ਕਿਸਾਨ ਲੀਡਰਸ਼ਿਪ ਨੂੰ ਵੀ ਗਾਲਾਂ ਕੱਢੀਆਂ ਜਾ ਰਹੀਆਂ, ਕਿਸੇ ਨੂੰ ਕਾਮਰੇਡ ਕਿਹਾ ਜਾ ਰਿਹਾ, ਕਿਸੇ ਨੂੰ ਅੱਤਵਾਦੀ ਕਿਹਾ ਜਾ ਰਿਹਾ, ਕਿਸੇ ਨੂੰ ਵੱਖਵਾਦੀ ਕਿਹਾ ਜਾ ਰਿਹਾ, ਕਿਸੇ ਨੂੰ ਕੁਝ ਕਿਹਾ ਜਾ ਰਿਹਾ। ਇਹ ਕੰਮ ਤਾਂ ਸਰਕਾਰ ਕਰ ਰਹੀ ਸੀ, ਉਹ ਕੰਮ ਅੱਜ ਸਾਡੇ ਲੋਕ ਆਪਸ ਵਿੱਚ ਇੱਕ ਦੂਜੇ ਨਾਲ ਗੁੱਥਮ ਗੁੱਥਾ ਹੋਏ ਪਏ ਨੇ ਸੋਸ਼ਲ ਮੀਡੀਆ ਤੇ, ਜੋ ਕਿ ਮੈਂ ਸਮਝਣਾ ਕਿ ਬੜੀ ਨੁਕਸਾਨ ਵਾਲੀ ਗੱਲ ਏ, ਪਰ ਫਿਰ ਵੀ ਮੈਂ ਇਹ ਮਹਿਸੂਸ ਕਰਦਾ ਕਿ ਵੱਡੀਆਂ ਲਹਿਰਾਂ ਦੇ ਵਿੱਚ ਇਸ ਤਰ੍ਹਾਂ ਦੇ ਵੀ ਤਰਾਅ ਚੜਾ ਆਉਂਦੇ ਨੇ, ਪਰ ਸਾਨੂੰ ਹੁਣ ਸੰਭਲ ਕੇ ਆਪਣੇ ਜਿਹੜੇ 3 ਕਾਲੇ ਬਿੱਲ ਨੇ ਜਿਨ੍ਹਾਂ ਨੂੰ ਰੱਦ ਕਰਾਉਣ ਵਾਸਤੇ ਅਸੀਂ ਸੰਘਰਸ਼ ਕਰ ਰਹੇ ਹਾਂ, ਉਸ ਦੇ ਉੱਤੇ ਸਾਨੂੰ ਫੋਕਸ ਕਰਨਾ ਚਾਹੀਦਾ ਸਾਰਾ ਧਿਆਨ। ਕਰਨੈਲ ਸਿੰਘ ਜੀ, ਜਿੱਦਾਂ ਬਹੁਤ ਲੋਕਾਂ ਦੇ ਦਿਮਾਗ ਦੇ ਵਿੱਚ ਜਾਂ ਇੱਦਾਂ ਕਈ ਮੀਡੀਆ ਵੀ ਗੱਲਾਂ ਪਾਉਂਦਾ ਜਾਂ ਉਦਾਂ ਵੀ ਲੋਕ ਇੱਦਾਂ ਸੋਚਦੇ ਆ ਵੀ ਅਸੀਂ ਜਿਹੜਾ ਮੋਰਚਾ ਜਿੱਦਾਂ ਤੁਸੀਂ ਵੀ ਗੱਲ ਕੀਤੀ ਆ, ਇਹ ਸਿਰਫ ਤੇ ਸਿਰਫ 3 ਬਿੱਲਾਂ ਵਾਸਤੇ ਜਾਂ MSP ਦੇ ਵਾਸਤੇ ਜਿਹੜਾ ਲੱਗਾ ਹੋਇਆ ਮੇਰੇ ਜਿੱਦਾਂ ਮੈਂ ਸੋਚਦਾ ਜਾਂ ਜਿੱਦਾਂ ਕਿਸਾਨ ਜਥੇਬੰਦੀਆਂ ਐਲਾਨ ਕਰ ਰਹੀਆਂ, ਫਿਰ ਅਸੀਂ ਜਿਹੜੇ ਹੋਰ ਮੁੱਦੇ ਆ ਜਿੱਦਾਂ ਚਲੋ ਸਾਡੇ ਖੂਨ ਦਾ ਮਸਲਾ ਆ, ਸਾਡੇ ਧਰਮ ਦਾ ਮਸਲਾ ਆ, ਜਾਂ ਮਤਲਬ ਅਸੀਂ ਕਹੀਏ ਸਾਡੇ ਖਾਲਿਸਤਾਨ ਦੇਸ਼ ਦਾ ਮਸਲਾ ਆ, ਜਾਂ ਕਿਸੇ ਵੀ ਹੋਰ ਗੱਲ ਦਾ ਮਸਲਾ, ਇਹ ਮਸਲੇ ਵਿੱਚ ਲੈ ਕੇ ਆਉਣਾ ਜਾਂ ਇਹ ਦੀਪ ਸਿੱਧੂ ਹੋਣਾ ਨੇ ਲੈ ਕੇ ਆਉਂਦੇ ਆ, ਜਿਹੜੇ ਉਹਨਾਂ ਦੇ ਦੋਸ਼ ਲੱਗਦੇ ਆ ਕਿ ਇਹਨਾਂ ਨੇ ਇਸ ਮੋਰਚੇ ਨੂੰ ਡਿਵਰਟ ਕਰਨ ਯੂ-ਟਰਨ ਕਰਨ ਲਈ ਜਿਹੜਾ ਆਪਣਾ ਰੋਲ ਅਦਾ ਕੀਤਾ। ਦੇਖੋ ਜੀ, ਸਾਨੂੰ ਸਾਰਾ ਧਿਆਨ ਤਾਂ ਇਸ ਗੱਲ ਤੇ ਦੇਣਾ ਚਾਹੀਦਾ ਕਿ ਜਿਹੜੇ ਸਾਡੇ ਖੇਤੀ ਦੇ ਬਾਰੇ ਜਿਹੜੇ 3 ਬਿੱਲ ਬਣਾਏ ਜਿਨ੍ਹਾਂ ਨੂੰ ਸਰਕਾਰ ਕਹਿੰਦੀ ਕਿ ਬੜੇ ਚੰਗੇ ਬਿੱਲ ਨੇ, ਉਹ ਬਿੱਲ ਰੱਦ ਕਰਾਉਣ ਵਾਸਤੇ ਸਾਨੂੰ ਵੇਖੋ ਜੀ ਜਦੋਂ ਵੀ ਕੋਈ ਇਮਤਿਹਾਨ ਦੇ ਵਿੱਚ ਪੈ ਜਾਈਏ ਤੇ ਫਿਰ ਇਮਤਿਹਾਨ ਦੇ ਵਿੱਚ ਜਿਹੜਾ ਪੇਪਰ ਸਾਹਮਣੇ ਹੋਵੇ
उस पेपर वाल ही ध्यान देना चाहिए कि उस पेपर नूं असीं पास किवें करना है। फिर बाकी होर बहुत मसले होंदे ने हल कराउण वास्ते, जदों सानूं एक सफलता मिल जावे तां फिर वो सारे मसले वह भी हल किए जा सकते समय नाल। लेकिन अज जिहड़ा है तीन काले बिल ने और इस तों इलावा जिहड़ा एम एस पी दे उपर कानून बनाउण दी गल चल रही है और एक पराली दा बिल सी जिहड़ा जिहड़ा सरकार ने पहले ही कह दिता कि असीं मन्नदे आ, पर इन्हां हालातां दे विच अज जिवें तुसीं देखिया कि देश दा प्रधानमंत्री नरेंद्र मोदी पार्लीमेंट दे विच जिस ढंग दे नाल बोले आ, उन्हां दी जिहड़ी बॉडी लैंग्वेज है उन्हां दे, ओह इन्हां ने इंज महसूस करन दी कोशिश कीती है, लोकां नूं एक सुनेहा देण दी कोशिश कीती है कि साडे ते कोई असर नहीं। ते इह अपने आप दे विच सब तों वड्डा सवाल है कि सानूं ओह प्रोग्राम देने चाहीदे आ जिन्हां प्रोग्रामां दे नाल असीं अपना जिहड़ा आउण वाला जिहड़ा संघर्ष दे दिन ने उस दे विच साडा घट तों घट नुकसान होवे ते वध तों वध असीं किसान संघर्ष नूं ਹੋਰ ਅਮਨ ਢੰਗ ਦੇ ਨਾਲ ਮਜ਼ਬੂਤ ਕਰ ਸਕੀਏ। ਕਿਉਂਕਿ ਦੁਨੀਆ ਦੇ ਇਤਿਹਾਸ ਦੇ ਵਿੱਚ ਇੱਕ ਗੱਲ ਬਿਲਕੁਲ ਕਲੀਅਰ ਹੈ ਕਿ ਜਦੋਂ ਵੀ ਕੋਈ ਲੜਾਈ ਨਿਹੱਥੇ ਲੋਕ ਲੜਦੇ ਨੇ ਤੇ ਉਹ ਪੁਰ ਅਮਨ ਹੀ ਰਹਿਣ ਤੇ ਫਿਰ ਹੀ ਉਹ ਲੜਾਈ ਲੜੀ ਜਾਂਦੀ ਹੈ। ਇਹ ਜਦੋਂ ਹਥਿਆਰਬੰਦ ਲੜਾਈਆਂ ਲੜੀਆਂ ਜਾਂਦੀਆਂ ਉਹ ਦੋਨਾਂ ਧਿਰਾਂ ਦੇ ਕੋਲ ਹਥਿਆਰ ਹੁੰਦੇ ਨੇ, ਲੇਕਿਨ ਇੱਥੇ ਜਿਹੜੇ ਕਿਸਾਨ ਨੇ ਉਹ ਬਿਲਕੁਲ ਨਿਹੱਥੇ ਆਏ ਨੇ ਔਰ ਇਹਦੇ ਉੱਤੇ ਗਾਣੇ ਵੀ ਲਿਖੇ ਗਏ ਆ ਕਿ ਅਸੀਂ ਨਿਹੱਥੇ ਆਏ ਆ ਤੇ ਨਿਹੱਥੇ ਜਿੱਤ ਕੇ ਜਾਵਾਂਗੇ। ਇਹ ਜਿਹੜੀ ਆਪਣੇ ਆਪ ਦੇ ਵਿੱਚ ਸਭ ਤੋਂ ਵੱਡੀ ਗੱਲ ਇਹ ਆ ਕਿ ਦਿੱਲੀ ਸਰਕਾਰ ਦੇ ਨਾਲ ਇੱਕ ਸੁਨੇਹਾ ਜਿਹੜਾ ਅਸੀਂ ਪਹਿਲੇ ਦਿਨ ਤੋਂ ਹੀ ਦਿੰਦੇ ਆ ਰਹੇ ਹਾਂ ਉਹ ਹੋਰ ਮਜ਼ਬੂਤ ਕਰਨਾ ਚਾਹੀਦਾ ਕਿ ਅਸੀਂ ਕਿਸੇ ਨੂੰ ਜਿੱਤਣ ਵਾਸਤੇ ਨਹੀਂ, ਅਸੀਂ ਕਿਸੇ ਨੂੰ ਹਰਾਉਣ ਵਾਸਤੇ ਨਹੀਂ, ਅਸੀਂ ਆਪਣੇ ਹੱਕ ਹਕੂਕ ਜਿਹੜੇ ਆ ਉਹ ਲੈਣ ਵਾਸਤੇ ਆਏ ਹਾਂ। ਸੋ ਇਸ ਦੇ ਵਿੱਚ ਪਰਸਨੈਲਿਟੀ ਕਲੈਸ਼ ਜਿਹੜਾ ਹੈ, ਜਿਵੇਂ ਕਿ ਹੁਣ ਬੀਜੇਪੀ ਦੀ ਜਿਹੜੀ ਮੁੱਢਲੀ ਲੀਡਰਸ਼ਿਪ ਹੈ ਅਮਿਤ ਸ਼ਾਹ ਨੇ, ਨਰਿੰਦਰ ਮੋਦੀ ਨੇ ਜਾਂ ਜਿਹੜੇ ਉਹਨਾਂ ਦੇ ਸਾਥੀ ਨੇ ਪਿਊਸ਼ ਗੋਇਲ ਜਾਂ ਨਰਿੰਦਰ ਸਿੰਘ ਤੋਮਰ, ਇਹ ਜਿਹੜੀ ਕਿਚਨ ਕੈਬਨਿਟ ਹੈ ਉਹ ਇਹ ਮਹਿਸੂਸ ਕਰਦੀ ਹੈ ਕਿ ਦੇਖੋ ਕਿ ਇਹ ਮਸਲਾ ਜਿਹੜਾ ਹੈ ਇਹਦੇ 'ਚ ਅਮੈਂਡਮੈਂਟ ਕਰਕੇ ਜਾਂ ਇਹਨੂੰ ਹੋਲਡ ਕਰਕੇ ਤਿੰਨ ਕਾਲੇ ਬਿੱਲਾਂ ਨੂੰ ਤੇ ਇਹ ਹੱਲ ਕਰ ਲਿਆ ਜਾਵੇ। ਦੂਜੇ ਪਾਸੇ ਕਿਸਾਨ ਜਥੇਬੰਦੀਆਂ ਨੇ ਇੱਕ ਸਪਸ਼ਟ ਰੂਪ ਦੇ ਵਿੱਚ ਆਪਣੀ ਕਮਿਟਮੈਂਟ ਜਿਹੜੀ ਹੈ ਉਹ ਆਪਣੇ ਕਿਸਾਨ ਨਾਲ ਕੀਤੀ ਹੈ ਕਿ ਅਸੀਂ ਤਿੰਨੇ ਕਾਲੇ ਕਾਲੇ ਕਾਨੂੰਨ ਜਿਹੜੇ ਆ ਰੱਦ ਕਰਾ ਕੇ ਹੀ ਉੱਠਾਂਗੇ। ਸੋ ਇਸ ਦੇ ਵਿੱਚ ਜਿਹੜੀ ਇੱਕ ਈਗੋ ਦਾ ਮਸਲਾ ਸਾਹਮਣੇ ਆ ਰਿਹਾ ਉਸ ਦਾ ਹੱਲ ਕੱਢਣ ਵਾਸਤੇ ਕਿਸਾਨ ਜਥੇਬੰਦੀਆਂ ਨੂੰ ਆਪਣੇ ਲੋਕਾਂ ਦੇ ਵਿੱਚ ਹੋਰ ਭਰੋਸਾ ਪੈਦਾ ਕਰਨਾ ਪਵੇਗਾ। ਜਿਸ ਤਰ੍ਹਾਂ ਦੀਆਂ ਅਫਵਾਹਾਂ ਆ ਰਹੀਆਂ ਨੇ, ਜਿਵੇਂ ਪ੍ਰਸ਼ਾਂਤ ਭੂਸ਼ਣ ਹੋਰਾਂ ਦਾ ਕੱਲ ਦੀ ਇੱਕ ਸਟੇਟਮੈਂਟ ਚੱਲ ਰਹੀ ਸੀ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਜੇ ਕੇਂਦਰ ਸਰਕਾਰ ਤਿੰਨ ਸਾਲ ਇਸ ਕਾਨੂੰਨ ਨੂੰ ਹੋਲਡ ਕਰ ਦਿੰਦੀ ਹੈ ਤਾਂ ਇਹ ਕਿਸਾਨ ਸੰਘਰਸ਼ ਦੀ ਬੜੀ ਵੱਡੀ ਜਿੱਤ ਹੋਵੇਗੀ। ਸੋ ਉਹਦੇ ਉੱਪਰ ਅੱਜ ਜਿਹੜੀ ਸੰਯੁਕਤ ਕਿਸਾਨ ਮੋਰਚਾ ਉਹਨੂੰ ਧਿਆਨ ਦੇਣਾ ਚਾਹੀਦਾ ਸੀ, ਭਾਵੇਂ ਕਿ ਉਹ ਇੱਕ ਸਟੇਟਮੈਂਟ ਜਿਹੜੀ ਹੈ ਸੋਸ਼ਲ ਮੀਡੀਆ ਤੇ ਚੱਲੀ ਹੈ, ਪਰ ਇਸ ਤਰ੍ਹਾਂ ਦੀ ਗੱਲ ਨੂੰ ਡਿਨਾਈ ਕਰਨਾ ਜਾਂ ਇਸ ਗੱਲ ਨੂੰ ਐਕਸੈਪਟ ਕਰਨਾ ਕਿ ਲੋਕ ਸਾਡੇ ਇਸ ਲਈ ਤਿਆਰ ਨੇ ਮਾਨਸਿਕ ਤੌਰ ਦੇ ਉੱਤੇ ਕੋਈ ਇਹੋ ਜਿਹੀ ਗੱਲ ਆਉਣ ਵਾਲੇ ਦਿਨਾਂ 'ਚ ਹੁੰਦੀ ਹੈ ਤਾਂ, ਜਾਂ ਜਿਵੇਂ ਰਕੇਸ਼ ਸਿੰਘ ਟਕੈਤ ਨੇ ਕਿਹਾ ਹੈ ਕਿ ਅਸੀਂ 2 ਅਕਤੂਬਰ ਤੱਕ ਸੈਂਟਰ ਸਰਕਾਰ ਨੂੰ ਸਮਾਂ ਦਿੰਦੇ ਹਾਂ। 2 ਅਕਤੂਬਰ ਅੱਜ ਅਜੇ ਫਰਵਰੀ ਮਿਡ ਵੀ ਨਹੀਂ ਹੋਈ ਤੇ ਇਸ ਦੇ ਵਿੱਚ ਅਜੇ 7 ਮਹੀਨੇ ਦਾ ਹੋਰ ਸਮਾਂ ਪਿਆ ਹੈ ਤਾਂ ਇੰਨਾ ਲੰਮਾ ਸਮਾਂ ਕੀ ਅਸੀਂ ਆਪਣੇ ਪਰਿਵਾਰਾਂ ਤੋਂ ਦੂਰ ਰਹਿ ਕੇ ਕਿਸਾਨ ਜਥੇਬੰਦੀਆਂ ਦੇ ਸੱਦੇ ਦੇ ਉੱਤੇ ਜਿਹੜਾ ਕਿਸਾਨ ਉੱਥੇ ਪਹੁੰਚਿਆ ਹੈ ਆਪਣੀਆਂ ਟਰੈਕਟਰ ਟਰਾਲੀਆਂ ਲੈ ਕੇ, ਕਿ ਅਸੀਂ ਉਸ ਦਾ ਪੈਂਤੜਾ ਕਿਵੇਂ ਦੁਨੀਆ ਨੂੰ ਦੇ ਸਾਹਮਣੇ ਰੱਖਣਾ, ਇਹ ਸਾਰੀਆਂ ਗੱਲਾਂ ਜਿਹੜੀਆਂ ਨੇ ਸੰਯੁਕਤ ਕਿਸਾਨ ਮੋਰਚੇ ਨੂੰ ਨਾਲੋ ਨਾਲ ਇਹਦੇ ਉੱਤੇ ਕਲੈਰੀਫਿਕੇਸ਼ਨ ਦਿੰਦੇ ਰਹਿਣਾ ਚਾਹੀਦਾ ਤਾਂ ਕਿ ਜਦੋਂ ਵੀ ਕੋਈ ਇਹੋ ਜਿਹੀ ਗੱਲ ਆਉਂਦੀ ਹੈ ਉਸ ਗੱਲ ਨੂੰ ਲੋਕਾਂ ਦੇ ਵਿੱਚ ਕਲੀਅਰ ਕੀਤਾ ਜਾ ਸਕੇ ਤਾਂ ਕਿ ਕਿਸੇ ਤਰ੍ਹਾਂ ਦੀ ਕਨਫਿਊਜ਼ਨ ਨਾ ਕੋਈ ਰਹੇ। ਇਹ ਆਪਣੇ ਕਮਲ ਸਿੰਘ ਜੀ ਜਿੱਦਾਂ ਸੰਯੁਕਤ ਮੋਰਚਾ ਜਿਹੜਾ ਉਹ ਸੰਭੂ ਮਤਲਬ ਸਿੰਘੂ ਮੋਰਚੇ ਉੱਤੇ ਬਾਰਡਰ ਤੇ ਬੈਠਾ ਆ ਜਿਹਨੂੰ ਆਪਾਂ ਟਿੱਕਰੀ ਤੇ ਮੇਰੇ ਖਿਆਲ ਟਿੱਕਰੀ ਬਾਰਡਰ ਆ ਤੇ ਦੂਸਰਾ ਗਾਜੀਪੁਰ ਜਿਹਨਾਂ ਦੀ ਜਿੱਦਾਂ ਜ਼ਿਆਦਾ ਗੱਲਬਾਤ ਹੋ ਰਹੀ ਆ, ਇੱਥੇ ਤੁਹਾਡੀ ਨਜ਼ਰ ਦੇ ਵਿੱਚ ਜਿਹੜੀਆਂ 32 ਜਥੇਬੰਦੀਆਂ ਜਾਂ ਜਿੰਨੇ ਵੀ ਕਿਸਾਨ ਜਥੇਬੰਦੀਆਂ ਉੱਥੇ ਮੋਰਚੇ ਭਾਵੇਂ ਇਹ ਦੇਸ਼ ਦੀਆਂ ਬਾਕੀ ਸਟੇਟਾਂ ਦੀਆਂ ਜਿੱਦਾਂ ਤੁਸੀਂ ਰਮੇਸ਼ ਟਿਕੈਤ ਦੀ ਗੱਲ ਕੀਤੀ ਆ ਜਾਂ ਹੋਰ ਬੰਦਿਆਂ ਦੀ, ਜਿਹੜੇ ਇਹ ਸਾਰਿਆਂ ਦੀ ਵਿੱਚ ਜਿੱਦਾਂ ਆਪਸ ਵਿੱਚ ਜਿਹੜੀ ਸਲਾਹ ਪੂਰੀ ਆ, ਕੋਈ ਵਿੱਚ ਗੈਪ ਤਾਂ ਨਹੀਂ ਗਾ? ਨਹੀਂ, ਦੇਖੋ ਇਹਨਾਂ ਦੀ ਜਿਹੜੀ ਹੁਣ ਤੱਕ ਦੀ ਆਪਸ ਵਿੱਚ ਇੱਕ ਬਹੁਤ ਵਧੀਆ ਜਾ ਰਿਹਾ ਮੈਸੇਜ, ਪਰ ਕਿਤੇ ਨਾ ਕਿਤੇ ਜਿਵੇਂ ਗੁਰਨਾਮ ਸਿੰਘ ਚੜੂਨੀ ਨੇ ਜਿਹੜੇ ਸੰਯੁਕਤ ਕਿਸਾਨ ਮੋਰਚਾ ਹਰਿਆਣੇ ਦੇ ਪ੍ਰਧਾਨ ਨੇ ਔਰ ਹਰਿਆਣੇ ਦੇ ਕਿਸਾਨ ਲੀਡਰ ਨੇ,
ਪਿਛਲੇ ਦਿਨੀ ਉਹਨਾਂ ਦੇ ਨਾਲ ਥੋੜਾ ਜਿਹਾ ਇਹਨਾਂ ਦਾ ਹੋਇਆ ਸੀ, ਫਿਰ ਇੱਕ ਸਰਜੀਤ ਸਿੰਘ ਫੂਲ ਨੇ ਤੇ ਜਿਹੜੇ ਇੱਕ ਦੋ ਹੋਰ ਨੇ ਉਹਨਾਂ ਦੇ ਨਾਲ ਸੰਘੇ ਹਰੀ ਉਹਨਾਂ ਦੇ ਨਾਲ ਥੋੜਾ ਜਿਹਾ ਮਨ ਮੁਟਾਵ ਹੋਇਆ ਸੀ, ਪਰ ਉਹ ਵੀ ਦੂਰ ਹੋ ਚੁੱਕਾ ਹੈ। ਤੇ ਮੈਂ ਮਹਿਸੂਸ ਕਰਦਾ ਕਿ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੋਣੀ ਚਾਹੀਦੀ ਆਪਸ ਵਿੱਚ, ਜਿਸ ਦੇ ਨਾਲ ਇਹੋ ਜਿਹੀ ਕਨਫੈਡਰੇਸ਼ਨ ਸਾਹਮਣੇ ਆਵੇ। ਇਹ ਕਿਉਂਕਿ ਇਹ ਜਿਹੜਾ ਮੋਰਚਾ ਹੈ, ਇਸ ਮੋਰਚੇ ਨੇ ਇੱਕ ਇਤਿਹਾਸ ਰਚ ਦਿੱਤਾ, ਤਾਂ ਹੁਣ ਅੱਗੇ ਜਾ ਕੇ ਅਸੀਂ ਸੈਂਟਰ ਸਰਕਾਰ ਕੋਲੋਂ ਕਾਲੇ ਕਾਨੂੰਨ ਰੱਦ ਕਿਵੇਂ ਕਰਾਉਣੇ ਆ, ਉਸ ਲਈ ਹੋਰ ਰਣਨੀਤੀ ਜਿਹੜੀ ਆਪਣੀ ਪਰਪੱਕ ਕਰਨ ਦੀ ਲੋੜ ਹੈਗੀ। ਜਿਹੜੇ ਪ੍ਰੋਗਰਾਮ ਹੋਣਾ ਲਿਖੇ ਆ 26 ਤੋਂ ਬਾਅਦ, ਜਿੱਦਾਂ ਡਾਵਾਂਡੋਲ ਹੋ ਚੱਲਿਆ ਸੀ ਮੋਰਚਾ, ਲੇਕਿਨ ਫਿਰ ਸੰਭਲ ਗਿਆ ਲੱਗਦਾ, ਤੇ ਉਦੋਂ ਬਾਅਦ ਬੜੇ ਵੱਡੇ ਲੈਵਲ ਤੇ ਜਿੱਦਾਂ ਪੰਜਾਬ ਦੇ ਵਿੱਚ ਵੀ, ਅਜੇ ਜਗਰਾਉਂ ਦੇ ਵਿੱਚ ਵੀ ਮਹਾਂਪੰਚਾਇਤ ਹੋਈ ਆ, ਇੱਧਰ ਹਰਿਆਣੇ ਦੇ ਵਿੱਚ ਹੋਈਆਂ, ਉੱਧਰ ਯੂਪੀ ਦੇ ਵਿੱਚ ਵੀ ਹੋ ਰਹੀਆਂ ਆ, ਜਿਹੜੀਆਂ ਮਤਲਬ ਇਕੱਠ ਹੋ ਰਹੇ ਆ। ਤੇ ਇਹ ਤੁਹਾਨੂੰ ਲੱਗਦਾ ਵੀ ਇੱਕ ਵਧੀਆ ਇਹਨਾਂ ਦਾ ਆਈਡੀਆ ਤਰੀਕਾ ਠੀਕ ਹੈ ਇਹ ਲੋਕਾਂ ਨੂੰ ਜਿਹੜਾ ਲਾਮਬੰਦ ਕਰ? ਦੇਖੋ ਜੀ, ਇਹ ਬਹੁਤ ਵੱਡਾ ਇੱਕ ਮੈਸੇਜ ਹੈ ਕਿਸਾਨ ਲੀਡਰਸ਼ਿਪ ਨੂੰ ਕਿ ਲੋਕ ਜਿਹੜੇ ਆ ਉਹ ਇਕੱਠ ਕਰਕੇ ਖੜੇ ਹੋ ਗਏ ਨੇ, ਔਰ ਲੋਕ ਜਿੱਥੇ ਵੀ ਆਵਾਜ਼ ਦਿੰਦੇ ਨੇ ਕਿ 100 ਬੰਦਾ ਆਵੇ, ਉੱਥੇ 10,000 ਬੰਦਾ ਇਕੱਠਾ ਹੋ ਜਾਂਦਾ ਹੈ। ਲੇਕਿਨ ਅੱਜ ਜਿਹੜੀ ਇੱਕ ਘਟਨਾ ਵਾਪਰੀ ਇਹ ਜਗਰਾਉਂ ਦੀ ਦਾਣਾ ਮੰਡੀ ਦੇ ਵਿੱਚ, ਇੱਥੇ ਇੱਕਦਮ ਸਟੇਜ ਦੇ ਲਾਗੇ ਵੱਡੀ ਤਾਦਾਦ ਦੇ ਵਿੱਚ ਪੰਜਾਬ ਪੁਲਿਸ ਆ ਗਈ, ਔਰ ਉਹਨਾਂ ਨੇ ਬਲਵੀਰ ਸਿੰਘ ਰਾਜੇਵਾਲ ਜਿਹੜੇ ਕਿਸਾਨ ਆਗੂ ਨੇ ਉਹਨਾਂ ਨੂੰ ਸੁਨੇਹਾ ਦਿੱਤਾ ਕਿ ਤੁਹਾਡੀ ਜਾਨ ਨੂੰ ਥ੍ਰੈਟ ਹੈ, ਇੱਥੋਂ ਤੁਸੀਂ ਚੱਲੋ, ਔਰ ਉਹਨਾਂ ਨੂੰ ਆਪਣੇ ਪੁਲਿਸ ਕਾਫਲੇ ਦੇ ਵਿੱਚ ਪੂਰੀ ਸੁਰੱਖਿਆ ਦੇ ਤਹਿਤ ਉੱਥੋਂ ਕੱਢ ਕੇ ਲੈ ਗਏ। ਇਹ ਜਿਹੜੀ ਘਟਨਾ ਹੋਈ ਹੈ ਉਸ ਦਾ ਇੱਕ ਮੈਸੇਜ ਜਿਹੜਾ ਉਹ ਬਹੁਤ ਹੋਰ ਤਰੀਕੇ ਦਾ ਗਿਆ ਹੈ ਕਿ ਉਸ ਵਕਤ ਕਿਸਾਨ ਲੀਡਰ ਬਲਵੀਰ ਸਿੰਘ ਰਾਜੇਵਾਲ ਨੂੰ ਕਹਿਣਾ ਚਾਹੀਦਾ ਸੀ ਸਟੇਜ ਤੇ ਕਰਕੇ ਕਿ ਮੇਰੇ ਲੋਕ ਮੇਰੇ ਨਾਲ ਨੇ, ਮੇਰੇ ਕਿਸਾਨ ਭਾਈ ਮੇਰੇ ਨਾਲ ਨੇ, ਮੈਨੂੰ ਕਿਸੇ ਤਰ੍ਹਾਂ ਦੀ ਕੋਈ ਥ੍ਰੈਟ ਨਹੀਂ ਹੈਗੀ, ਤੇ ਮੇਰੀ ਸੁਰੱਖਿਆ ਜਿਹੜੀ ਹੈ ਮੇਰੇ ਕਿਸਾਨ ਨੌਜਵਾਨ ਬੱਚੇ ਜਿਹੜੇ ਮੇਰੇ ਸੱਦੇ ਦੇ ਉੱਤੇ ਜਾਂ ਸਾਡੇ ਸਾਹਮਣੇ ਖੜੇ ਨੇ ਲੱਖਾਂ ਦੀ ਤਾਦਾਦ ਦੇ ਵਿੱਚ ਉਹ ਦੇਣਗੇ। ਪਰ ਉਹ ਜਿਹੜੀ ਫੋਟੋ ਲਗਾਤਾਰ ਚੱਲ ਰਹੀ ਹੈ ਵੀਡੀਓ ਦੇ ਰੂਪ ਦੇ ਵਿੱਚ ਟੀਵੀ ਚੈਨਲਾਂ ਦੇ ਉੱਪਰ ਕਿ ਉਹਨਾਂ ਨੂੰ ਸੁਰੱਖਿਆ ਦੇ ਘੇਰੇ ਦੇ ਵਿੱਚ ਕੱਢ ਕੇ ਤੇ ਇੱਕ ਕਾਫਲੇ ਦੇ ਰੂਪ ਦੇ ਵਿੱਚ ਪੁਲਿਸ ਉੱਥੋਂ ਲੈ ਗਈ, ਤਾਂ ਉਸ ਦੇ ਨਾਲ ਮੈਂ ਸਮਝਦਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਵੀ ਹੋ ਸਕਦਾ ਹੈ ਕਿ ਜਿੰਨੀ ਵੀ ਕਿਸਾਨ ਲੀਡਰਸ਼ਿਪ ਹੈ ਜਾਂ ਜੋਗਿੰਦਰ ਸਿੰਘ ਉਗਰਾਹਾ ਹੈ, ਬਲਵੀਰ ਸਿੰਘ ਰਾਜੇਵਾਲ ਨੇ ਜਾਂ ਜਿਹੜੇ ਹੋਰ ਖੱਬੇ ਪੱਖੀ ਸੱਜੇ ਪੱਖੀ ਜਿਹੜੇ ਕਿਸਾਨ ਲੀਡਰ ਨੇ, ਜੇ ਇਹਨਾਂ ਨੂੰ ਸੁਰੱਖਿਆ ਹੀ ਪ੍ਰਦਾਨ ਕਰ ਦਿੱਤੀ ਗਈ ਵੱਡੇ ਤਦਾਦ ਤੇ, ਤਾਂ ਇਹਨਾਂ ਦਾ ਆਮ ਜਨਤਕ ਲੋਕਾਂ ਦੇ ਨਾਲ ਉਹ ਜਿਹੜਾ ਕੱਟ ਅਪ ਹੋਣਾ ਸ਼ੁਰੂ ਹੋ ਜਾਏਗਾ, ਔਰ ਉਹ ਇੱਕ ਸੁਨੇਹਾ ਜਿਹੜਾ ਹੈ ਉਹ ਗਲਤ ਜਾਏਗਾ। ਕਿਉਂਕਿ ਜਦੋਂ ਵੀ ਕੋਈ ਵਿਅਕਤੀ ਵੱਡੇ ਪੱਧਰ ਦੇ ਉੱਤੇ ਸੁਰੱਖਿਆ ਦੇ ਘੇਰੇ ਵਿੱਚ ਆ ਜਾਂਦਾ, ਤਾਂ ਉਹ ਜਨਤਾ ਦੇ ਨਾਲ ਉਹ ਟੁੱਟਦਾ ਨਜ਼ਰ ਆਉਂਦਾ ਹੈ। ਕਿਉਂਕਿ ਤੁਸੀਂ ਦੇਖਦੇ ਹੋ ਕਿ ਇੱਕ ਆਮ ਵਿਅਕਤੀ ਜਦੋਂ ਇੱਕ MLA ਹੁੰਦਾ ਹੈ ਉਦੋਂ ਉਹਦਾ ਕਿਸ ਤਰੀਕੇ ਦਾ ਹੁੰਦਾ ਹੈ, ਤੇ ਜੇ ਕੋਈ ਆਮ ਦੇ ਤੌਰ ਦੇ ਉੱਤੇ ਵਿਸਰ ਰਿਹਾ ਹੋਵੇ ਤੇ ਉਦੋਂ ਕਿਸ ਤਰ੍ਹਾਂ ਦੇ ਉਹਦੇ ਹਾਲਾਤ ਹੁੰਦੇ ਨੇ। ਸੋ ਇਹ ਅੱਜ ਜਿਹੜੀ ਘਟਨਾ ਵਾਪਰੀਏ ਇਹਦੇ ਉੱਤੇ ਹੁਣ ਆਉਂਦੇ ਕੀ ਮੈਸੇਜ ਆਏਗਾ ਇਹ ਦੇਖੋ। ਇਹਦੇ ਚ ਆਪਣੇ ਕਰਨੈਲ ਸਿੰਘ ਜੀ ਵੀ ਸਵਾਲ ਪੈਦਾ ਹੁੰਦਾ ਕਿਸ ਤੋਂ ਖਤਰਾ ਹੈ ਰਾਜੇਵਾਲ ਦਾ? ਹਾਂ, ਇਹ ਅੱਜ ਕਲੀਅਰ ਹੋਣੀ ਚਾਹੀਦੀ ਸੀ ਸਟੇਜ ਦੇ ਉੱਤੇ, ਉਹਨਾਂ ਨੂੰ ਪੁੱਛਣਾ ਚਾਹੀਦਾ ਸੀ ਜਿਹੜੇ ਪੁਲਿਸ ਅਧਿਕਾਰੀ ਇੱਥੇ ਆਏ ਸੀ ਕਿ ਮੈਨੂੰ ਦੱਸਿਆ ਜਾਵੇ ਕਿ ਮੇਰੀ ਜਾਨ ਨੂੰ ਕਿਸ ਤੋਂ ਖਤਰਾ ਹੈ, ਕਿਸ ਮੈਂ ਤਾਂ ਕੋਈ ਇਹੋ ਜਿਹਾ ਕੋਈ ਕੰਮ ਕੀਤਾ ਨਹੀਂ ਜਿਸ ਦੇ ਨਾਲ ਮੈਨੂੰ ਕੋਈ ਖਤਰਾ ਹੋਵੇ। ਉਹਨਾਂ ਨੂੰ ਆਪਦਾ ਆਪਣੀ ਸਥਿਤੀ ਸਪਸ਼ਟ ਕਰ ਦੇਣੀ ਚਾਹੀਦੀ ਸੀ, ਉਹ ਜ਼ਿਆਦਾ ਬਿਹਤਰ ਹੁੰਦੀ ਕਿ ਉੱਥੋਂ ਇਹ ਪੁਲਿਸ ਘੇਰੇ ਦੇ ਵਿੱਚ ਜਾਣ ਨਾਲੋਂ। ਹਾਂ, ਇਹ ਵੀ ਗੱਲ ਬੜੀ ਮਤਲਬ ਇੱਕ ਵੱਖਰਾ ਮੁੱਦਾ ਬਣ ਜਾਣਾ ਕਿ ਇੱਕ ਪਾਸੇ ਤੇ ਕਿਸਾਨ ਕਹਿੰਦੇ ਅਸੀਂ ਜਾਨਾਂ ਦੇਣ ਨੂੰ ਤਿਆਰ ਹਾਂ ਤੇ ਦੂਜੇ ਪਾਸੇ ਡਰਦੇ ਆ। ਪਤਾ ਨੀ ਹੁਣ ਇਹ ਕੀ ਹੋਇਆ ਜਿਹੜਾ ਜੋ ਅਸੀਂ ਦੇਖਿਆ ਹੈ, ਤੇ ਇਹ ਆਪਣੇ ਆਪ ਦੇ ਵਿੱਚ ਇੱਕ ਕੁਐਸਚਨ ਮਾਰਕ ਲੱਗ ਗਿਆ। ਤੇ ਫਿਰ ਵੀ ਅਸੀਂ ਅਰਦਾਸ ਕਰਦੇ ਹਾਂ, ਅੱਜ ਵੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਆਏ ਹਾਂ ਗੁਰੂ ਪਾਤਸ਼ਾਹ ਦੇ ਚਰਨਾਂ ਵਿੱਚ, ਇਹੋ ਹੀ ਅਰਦਾਸ ਕਰਦੇ ਹਾਂ ਕਿ ਗੁਰੂ ਮਹਾਰਾਜ ਇਸ ਸੰਘਰਸ਼ ਨੂੰ ਚੜ੍ਹਦੀ ਕਲਾ ਵਿੱਚ ਰੱਖੋ, ਔਰ ਮਨ ਮੁਟਾਵ ਜਿਹੜੇ ਖਤਮ ਕਰੋ, ਔਰ ਏਕਤਾ ਬਖਸ਼ੋ। ਕਿਉਂਕਿ ਇੱਕ ਵੱਡੀ ਜਦੋਜਹਿਦ ਤੋਂ ਬਾਅਦ ਇਹ ਇੱਕ ਜਿਹੜੀ ਮੂਵਮੈਂਟ ਖੜੀ ਹੋਈ ਹੈ ਜਿਹੜੀ ਪੋਰਅਮਨ ਰਵੇ, ਔਰ ਜਿੰਨੀਆਂ ਜਾਨਾਂ ਹੁਣ ਤੱਕ ਸਾਡੇ ਵਿੱਚੋਂ ਜਾ ਚੁੱਕੀਆਂ ਨੇ, ਅੱਗੇ ਕੋਈ ਇਹੋ ਜਿਹਾ ਗਲਤ ਕੋਈ ਵੀ ਕਾਂਡ ਨਾ ਵਾਪਰੇ ਜਿਸ ਦੇ ਵਿੱਚ ਸਾਡੀਆਂ ਹੋਰ ਜਾਨਾਂ ਦਾ ਨੁਕਸਾਨ ਹੋਵੇ, ਤੇ ਅਸੀਂ ਆਪਣੇ ਘਰਾਂ ਨੂੰ ਸੁੱਖ ਆਰਾਮ ਨਾਲ ਜਾ ਸਕੀਏ, ਔਰ ਸਰਕਾਰ ਜਿਹੜੀ ਬੋਰੀ ਹੋਈ ਬੈਠੀ ਹੈ ਉਹ ਉਹਦੇ ਕੰਨ ਖੁੱਲਣ ਔਰ ਉਹ ਸਾਡੀ ਆਵਾਜ਼ ਨੂੰ ਸੁਣੇ। ਇੱਕ ਦੋ ਪ੍ਰੋਗਰਾਮ ਜਿਹੜੇ ਸੰਯੁਕਤ ਮੋਰਚੇ ਨੇ ਦਿੱਤੇ ਆ, ਜਿੱਦਾਂ ਮੇਰੇ ਖਿਆਲ 14 ਤਰੀਕ ਦਾ ਵੀ ਪ੍ਰੋਗਰਾਮ ਹੈਗਾ ਇੱਕ
छोटू राम जेड़े हुए आ मतलब हरियाणे के बहुत किसान आगू पुराने समय च हुए उन्होंने बड़ा संघर्ष लड़िया उन्होंने शायद कोई दिन जन्मदिन है वह मनाया जाऊगा। जेड़े एक पुलवामा के हमला होया भारत के काफी जेड़े फौजी जेड़े मारे गए सन उन्होंने भी याद किया जाएगा मोमबत्तियां जगाईया जाएंगी पूरे भारत के इसी तरह नाल एक दिन यह भी चुनिया गया कि चार घंटे जिदा रेल जड़िया बंद कीतियां जाएंगी ये प्रोग्रामा का मतलब मैसेज किदा करांगे जो प्रोग्राम किसानों ने लोगों को दिते मतलब नाल लोग लामबंद भी हो गए जवानों जोड़ने की कोशिश की जेडे मतलब आप फौजी कह लीए जरा पुलवामा वाला उन्हें कॉल दी भी वो नौ जे फौजी उन्होंने जोड़ना चाहते हैं जो होर मैसेज है। देखो जी ये क्योंकि संयुक्त किसान मोर्चा अलग अलग राज्यों तो बहुत सारे लीडर शामिल ने मैं समझना कि कुछ प्रोग्राम तो उन्होंने जी मनोभावना उन्होंने मुताबिक दिते गए ने लेकिन जिम्मे सर छोटू राम है उन्होंने अपना एक जिम्मे मूवमेंट इतिहास है जिहड़ा पुलवामा वाला मसला है जी की उनके उत्ते अर्णव गोस्वामी के उपर बड़े वे क्वेश्चन मार्क लग गए ने एक जी वीडियो लीक हुई है जिस देने पहला ही दस दिता है कि हमला होने वाला सो इस तरह के जिहड़ियां गल्लां ने एक गल चंगी है जे पुलवामा नूं याद करनगे तां उदन इह गल वी मीडिया दे विच उठेगी किसे ना किसे रूप विच कि इह हमला किस रूप विच किन्ने कीता सी तां किन्ने कराया सी उह सारीआं गल्लां सामणे आउणगीआं पर असीं महसूस करदे आं कि प्रोग्राम जिहड़ा वी मर्जी दित्ता जावे पर उहदे विच कन्फ्यूजन नहीं होनी चाहीदी हर प्रोग्राम दे विच इक दूजे दे नाल जिहड़ी आपस विच सलाह मशवरा होना बड़ा जरूरी है क्योंकि पिछले समय के जो रेल रोकने का प्रोग्राम दिता गया जथेबंदी की विचारधारा अलग अलग नजर आई थी कि जेडे सतनाम सिंह पन्नू दूजे धनेर हो रही सन उन्होंने आख्या कि असी रेल लगातार रोकांगे दूसरिया ने कहा कि अपन रेल रोकने का कोई फायदा नहीं है हूँ इस मसले के उत्ते चलो इन्होंने चार घंटे का प्रोग्राम कोई दिता भी है तो चलो चंगी गल है कि आपस विच एक दूजे एकजुटता नाल कोई प्रोग्राम देन जिस दे नाल होर मजबूती आवे जिदा तुसीं सरवण सिंह पंधेर दी जां सतनाम सिंह पन्नू दी गल कीती आ किसान मजदूर संघर्ष कमेटी दी उहनां दी जथेबंदी आ उह जिदा देखदे आए आ भावें जिदा बहुत प्रोग्राम उह संयुक्त मोर्चे नाल रल के करदे आ लेकिन अपनी टोन कुछ वक्खरी रखदे आ जिहड़ी 26 तरीक वाला जिहड़ी उहनां दी वीडियो वायरल हो रही आ कि उह कह रहा सी अग्गे अग्गे जा के जिहड़ी लाल किले नूं जा रहे आ ਅਸੀਂ ਆਇਆ ਸਾਡਾ ਇੱਥੇ ਕੰਮ ਹੋ ਗਿਆ ਹੁਣ ਅਸੀਂ ਉੱਥੇ ਬਹਿ ਜਾਂਗੇ ਇਹ ਇੱਦਾਂ ਦੀਆਂ ਗੱਲਾਂ ਮਤਲਬ ਕਈ ਵਾਰੀ ਸ਼ੰਕਾ ਪੈਦਾ ਕਰਦੀਆਂ ਨਹੀਂ ਦੇਖੋ ਇਹ ਹੋਣਾ ਨਹੀਂ ਚਾਹੀਦਾ ਕਿ ਜਦੋਂ ਅਸੀਂ ਇੱਕ ਸਾਂਝਾ ਸੰਘਰਸ਼ ਲੜ ਰਹੇ ਹਾਂ ਤਾਂ ਸਾਨੂੰ ਆਪਸ ਵਿੱਚ ਤਾਲਮੇਲ ਬਿਠਾਉਣਾ ਬੜਾ ਜ਼ਰੂਰੀ ਹੈ ਤੇ ਇਹੋ ਹੀ ਗੱਲ ਸਾਡੀ ਵਾਰ ਵਾਰ ਡਿਮਾਂਡ ਰਹੀ ਹੈ ਕਿਸਾਨ ਜਥੇਬੰਦੀਆਂ ਤੋਂ ਉਹਨਾਂ ਨੇ ਕਿਹਾ ਕਿ ਰਾਜਨੀਤਿਕ ਲੋਕ ਇਹਦੇ ਵਿੱਚ ਨਹੀਂ ਹੋਣੇ ਚਾਹੀਦੇ ਸਾਡੇ ਜਿਹੜੇ ਪ੍ਰਧਾਨ ਨੇ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਉਹਨਾਂ ਨੇ ਕਿਹਾ ਕਿ ਆਪਾਂ ਬਿਲਕੁਲ ਪਿੱਛੇ ਰਹਿਣਾ ਅਸੀਂ ਹੁਣ ਜਿੰਨੀ ਵਾਰੀ ਉੱਥੇ ਗਏ ਹਾਂ ਅਸੀਂ ਕਦੇ ਵੀ ਸਟੇਜ ਦੇ ਉੱਪਰ ਨਹੀਂ ਗਏ ਅਸੀਂ ਨੀਚੇ ਬੈਠ ਕੇ ਉਹਨਾਂ ਦੇ ਵਿਚਾਰ ਸੁਣਦੇ ਰਹੇ ਹਾਂ ਔਰ ਆਪਣੇ ਸੁਝਾਅ ਜਿਹੜੇ ਆ ਉਹ ਲਗਾਤਾਰ ਦਿੰਦੇ ਰਹੇ ਹਾਂ ਔਰ ਮੇਰੇ ਪਿਤਾ ਜੀ 26 ਨਵੰਬਰ ਤੋਂ ਹੀ ਇਸ ਸੰਘਰਸ਼ ਦੇ ਵਿੱਚ ਗਏ ਹੋਏ ਨੇ ਆਪਣੇ ਸਾਥੀਆਂ ਨਾਲ ਸਾਡੇ ਨਗਰ ਤੋਂ ਇਲਾਕੇ ਤੋਂ ਵੱਡੀ ਤਾਦਾਦ ਦੇ ਵਿੱਚ ਕਿਸਾਨ ਗਏ ਹੋਏ ਨੇ ਸੋ ਮੈਂ ਮਹਿਸੂਸ ਕਰਦਾ ਕਿ ਜੋ ਕਿਸਾਨ ਜਥੇਬੰਦੀਆਂ ਦੀ ਇੱਕ ਜੁੜਤਾ ਹੈ ਉਹ ਕਾਇਮ ਰਹਿਣੀ ਸਭ ਤੋਂ ਵੱਡੀ ਜ਼ਰੂਰਤ ਹੈ ਔਰ ਸੋਸ਼ਲ ਮੀਡੀਆ ਦੇ ਉੱਤੇ ਜਿਹੜਾ ਅਫਵਾਹਾਂ ਚੱਲ ਰਹੀਆਂ ਨੇ ਉਹਨੂੰ ਜਿੰਨੀਆਂ ਵੀ ਉਹ ਅਫਵਾਹਾਂ ਘਟਾਈਆਂ ਜਾਣ ਓਨਾ ਹੀ ਸੰਘਰਸ਼ ਮਜ਼ਬੂਤ ਹੋਵੇਗਾ। ਕਰਨਲ ਸਿੰਘ ਜੀ ਆਪਾਂ ਜਿੱਦਾਂ ਪ੍ਰੋਗਰਾਮ ਅੱਗੇ ਵਧਾਉਂਦੇ ਹੋਏ ਜਿੱਦਾਂ ਤਕਰੀਬਨ ਆਖਰੀ ਪੜਾਅ ਦੇ ਵਿੱਚ ਹੀ ਆ ਜਿੱਦਾਂ ਵਿਦੇਸ਼ਾਂ ਦੇ ਵਿੱਚ ਜਿਹੜੇ ਸਿੱਖ ਵੇਖੇ ਆ ਜਾਂ ਜਿਹੜੇ ਸੋਸ਼ਲ ਮੀਡੀਆ ਨਾਲ ਜੁੜੇ ਹੋਏ ਲੋਕ ਆ ਉਹਨਾਂ ਦੇ ਵਿੱਚ ਜੋ ਮੈਂ ਦੇਖਦਾ ਤੁਸੀਂ ਵੀ ਦੇਖਦੇ ਹੋ ਕਿ ਵੀ ਇੱਕ ਦੂਸਰੇ ਨੂੰ ਇਹ ਕਾਮਰੇਡ ਆ ਇਹ ਫਲਾਨਾ ਆ ਉਹ ਕਹਿੰਦੇ ਖਾਲਿਸਤਾਨੀ ਆ ਇਹ ਆ ਜੇ ਆ ਬੋ ਆ ਜਾਂ ਉਹ ਗੱਲਾਂ ਜਿਹੜੀਆਂ ਮਤਲਬ ਸ਼ਾਇਦ ਸਰਕਾਰ ਇੰਨਾ ਮਤਲਬ ਜ਼ੋਰ ਨਾ ਲਾਉਂਦੀ ਹੋਵੇ ਜਿੰਨਾ ਅਸੀਂ ਆਪਸ ਵਿੱਚ ਲੱਗੇ। ਦੇਖੋ ਜੀ ਨਹੀਂ ਕਰਨਾ ਚਾਹੀਦਾ ਕਿਸੇ ਨੂੰ ਕੋਈ ਵੱਖਰਾ ਨਾਮ ਨਹੀਂ ਦੇਣਾ ਚਾਹੀਦਾ ਇਹੋ ਨਾਮ ਤਾਂ ਸਰਕਾਰ ਦਿੰਦੀ ਹੈ ਜੇ ਉਹ ਨਾਮ ਹੀ ਅਸੀਂ ਇੱਕ ਦੂਜੇ ਨੂੰ ਦੇਈ ਜਾਵਾਂਗੇ ਜਾਂ ਨਫ਼ਰਤ ਇੱਕ ਦੂਜੇ ਪ੍ਰਤੀ ਕਰਾਂਗੇ ਤਾਂ ਮੈਂ ਸਮਝਣਾ ਕਿ ਉਹ ਨੁਕਸਾਨ ਹੋਵੇਗਾ। ਵਿਦੇਸ਼ਾਂ ਤੋਂ ਬਹੁਤ ਵੱਡਾ ਸਮਰਥਨ ਇਸ ਸੰਘਰਸ਼ ਨੂੰ ਮਿਲਿਆ ਔਰ ਅਜਿਹੇ ਸੰਘਰਸ਼ ਅੱਜ ਇਹ ਕਿਸਾਨ ਅੰਦੋਲਨ ਚੱਲ ਰਿਹਾ ਤੇ ਉਹਦੇ ਵਿੱਚ ਜਿਹੜੀ ਸਭ ਤੋਂ ਵੱਡੀ
ਆਰਥਿਕ ਤੌਰ ਦੇ ਉੱਤੇ ਸਹਾਇਤਾ ਜਾਂ ਸੋਸ਼ਲ ਮੀਡੀਆ ਦੇ ਉੱਪਰ ਜਾਂ ਜਿਹੜੇ ਟੀਵੀ ਚੈਨਲ ਨੇ ਉਹਨਾਂ ਨੇ ਜਿਹੜਾ ਸਿੱਖ ਮੀਡੀਆ ਜਾਂ ਪੰਜਾਬੀ ਮੀਡੀਆ ਉਹ ਜੇ ਅੱਜ ਇੰਨੇ ਵੱਡੇ ਪੱਧਰ ਦੇ ਉੱਤੇ ਸਹਿਯੋਗ ਦੇ ਰਿਹਾ ਤਾਂ ਉਹਦੇ ਵਿੱਚ ਮੈਂ ਸਮਝਣਾ ਕਿ ਵਿਦੇਸ਼ੀ ਭਾਈਚਾਰਾ ਮੈਂ ਸਮਝਣਾ ਕਿ ਇਹਦੇ ਵਿੱਚ ਕੋਈ ਲੋੜ ਕਿਉਂਕਿ ਗਲੋਬਲ ਵਾਈਜ ਅਸੀਂ ਸਾਰੇ ਇੱਕ ਪਿੰਡ ਦੇ ਵਿੱਚ ਆ ਤੇ ਅਸੀਂ ਸਾਰੇ ਇੱਕ ਜਗ੍ਹਾ ਤੇ ਬੈਠੇ ਹਾਂ ਸੋ ਭਾਵੇਂ ਕੋਈ ਸੱਤ ਸਮੁੰਦਰੋਂ ਪਾ ਰਹੇ ਤੇ ਭਾਵੇਂ ਪੰਜਾਬ ਦੀ ਧਰਤੀ ਹੈ ਭਾਵੇਂ ਹਰਿਆਣੇ ਦੀ ਧਰਤੀ ਜਾਂ ਰਾਜਸਥਾਨ ਦੀ ਅਸੀਂ ਇਸ ਮਸਲੇ ਦੇ ਉੱਤੇ ਸਾਡੀ ਸੋਚਣੀ ਇੱਕ ਰਹਿਣੀ ਚਾਹੀਦੀ ਹੈ ਔਰ ਇੱਕੋ ਤਰ੍ਹਾਂ ਜਦੋਂ ਅਸੀਂ ਸੋਚ ਰਹੇ ਹਾਂ ਕਿ ਇਹ ਜਿਹੜਾ ਸਾਡੀਆਂ ਜ਼ਮੀਨਾਂ ਜਾਇਦਾਦਾਂ ਜਿਹੜੀਆਂ ਹੜੱਪਣਾ ਚਾਹੁੰਦੇ ਨੇ ਕਾਰਪੋਰੇਟ ਕਰਾਉਣੇ ਤੇ ਕਿਸੇ ਵੀ ਤਰੀਕੇ ਦੇ ਨਾਲ ਅਸੀਂ ਉਹਨਾਂ ਦੇ ਅੱਗੇ ਗੋਡੇ ਨਹੀਂ ਟੇਕਣੇ ਸਰਮਾਏਦਾਰ ਆ ਗਏ ਸੋ ਮੈਂ ਮਹਿਸੂਸ ਕਰਦਾ ਕਿ ਅਸੀਂ ਆਪਣੀਆਂ ਫਸਲਾਂ ਤੇ ਨਸਲਾਂ ਨੂੰ ਬਚਾਉਣ ਵਾਸਤੇ ਇੱਕ ਦੂਜੇ ਨੂੰ ਬਰਦਾਸ਼ਤ ਕਰਨਾ ਸਾਡੇ ਲਈ ਬੜਾ ਜ਼ਰੂਰੀ ਹੋਵੇਗਾ ਜਿਹੜੇ ਵੀ ਲੋਕ ਅੱਗੇ ਸੰਘਰਸ਼ ਲੜਦੇ ਨੇ ਉਹਨਾਂ ਕੋਲ ਗਲਤੀਆਂ ਵੀ ਹੁੰਦੀਆਂ ਨੇ ਲੇਕਿਨ ਕਿਸੇ ਨੂੰ ਵੀ ਕੋਈ ਵੀ ਖਿਤਾਬ ਦੇਣਾ ਗਦਾਰ ਦਾ ਜਾਂ ਕਿਸੇ ਨੂੰ ਬਹੁਤ ਵੱਡੀ ਪਦਵੀ ਦੇ ਦੇਣੀ ਕਿਸੇ ਨੂੰ ਬਹੁਤ ਮਾੜਾ ਕਹਿ ਦੇਣਾ ਇਹ ਗੱਲਾਂ ਨਹੀਂ ਹੋਣੀਆਂ ਚਾਹੀਦੀਆਂ ਔਰ ਇਹਦੇ ਤੋਂ ਜਿੰਨਾ ਵੀ ਅਸੀਂ ਬਚਾਂਗੇ ਓਨਾ ਹੀ ਸਾਡਾ ਸੰਘਰਸ਼ ਮਜ਼ਬੂਤ ਹੋਵੇਗਾ ਕਰਨਲ ਸਿੰਘ ਜੀ ਜਿੱਦਾਂ ਹੁਣ ਤੁਸੀਂ ਆਪਣੇ ਸੰਘਰਸ਼ ਦੇ ਤਜਰਬੇ ਤੋਂ ਸਾਰੀ ਜ਼ਿੰਦਗੀ ਇਸ ਪਾਸੇ ਲਾਈ ਆ ਜਿੱਥੇ ਤੁਹਾਨੂੰ ਕੋਲੇ ਤਜਰਬੇ ਵੀ ਹੋਏ ਆ ਜਿਹਨਾਂ ਉਹਨਾਂ ਤੋਂ ਸਿੱਖਿਆ ਵੀ ਲਈ ਆ ਤੇ ਅੱਗੇ ਵਧਣ ਦਾ ਜਿੱਦਾਂ ਮਤਲਬ ਤਰੀਕੇ ਵੀ ਸਿੱਖੇ ਆ ਕਿਸਾਨ ਜਥੇਬੰਦੀਆਂ ਨੂੰ ਜਾਂ ਜਿਹੜੇ ਮੋਰਚੇ ਦੇ ਆਗੂ ਆ ਉਹਨਾਂ ਨੂੰ ਕੀ ਸੁਝਾਅ ਦੇਣਾ ਚਾਹੁੰਦੇ ਆ ਤੇ ਲੋਕਾਂ ਨੂੰ ਕੀ ਕਹਿਣਾ ਚਾਹੁੰਦੇ ਦੇਖੋ ਜੀ ਮੈਂ ਇਹ ਗੱਲ ਕਹਿਣੀ ਚਾਹੁੰਦਾ ਕਿ ਇੱਕ ਤਾਂ ਜਿਹੜੀਆਂ ਕਿਸਾਨ ਜਥੇਬੰਦੀਆਂ ਨੇ ਉਹ ਬਹੁਤ ਵਧੀਆ ਉਹਨਾਂ ਨੂੰ ਆਪਸੀ ਤਾਲਮੇਲ ਜਿਵੇਂ ਉਹਨਾਂ ਨੇ ਪਹਿਲਾਂ ਤੋਂ ਬਣਾਇਆ ਹੋਇਆ ਉਹ ਬਣਾ ਕੇ ਰੱਖਣਾ ਚਾਹੀਦਾ ਹੁਣ ਇਹਦੇ ਵਿੱਚ ਕੋਈ ਛੋਟੀ ਜਥੇਬੰਦੀ ਨਹੀਂ ਕੋਈ ਵੱਡੀ ਜਥੇਬੰਦੀ ਨਹੀਂ ਸਾਰੀਆਂ ਇੱਕੋ ਜਿਹੀਆਂ ਨੇ ਜਦੋਂ ਉਹਨਾਂ ਦੀ ਇੱਕ ਤਾਲਮੇਲ ਕਮੇਟੀ ਬਣ ਗਈ ਦੂਸਰੀ ਗੱਲ ਹੈ ਕਿ ਕਿਸੇ ਵੀ ਕਿਸਾਨ ਲੀਡਰ ਨੂੰ ਇਹ ਭਰਮ ਨਹੀਂ ਪਾਲਣਾ ਚਾਹੀਦਾ ਕਿ ਸ਼ਾਇਦ ਉਸ ਦੇ ਕਰਕੇ ਇਹ ਸੰਘਰਸ਼ ਹੈ ਇਹ ਸੰਘਰਸ਼ ਜਿਹੜਾ ਇਹ ਆਪ ਮੁਹਾਰਾ ਸੰਘਰਸ਼ ਹੈ ਜਿਹਦੇ ਵਿੱਚ ਲੋਕਾਂ ਨੂੰ ਇਸ ਗੱਲ ਦਾ ਅਹਿਸਾਸ ਹੋ ਗਿਆ ਹੈ ਕਿ ਜੇ ਹੁਣ ਨਹੀਂ ਤੇ ਫਿਰ ਕਦੀ ਵੀ ਨਹੀਂ ਇਸ ਕਰਕੇ ਇਹ ਜਿਹੜਾ ਸੰਘਰਸ਼ ਹੈ ਇਹ ਸਰਬ ਸਾਂਝਾ ਸੰਘਰਸ਼ ਹੈ ਔਰ ਇਸ ਦੇ ਵਿੱਚ ਵੱਡਿਆਂ ਨੂੰ ਪਿਆਰ ਛੋਟਿਆਂ ਨੂੰ ਸਤਿਕਾਰ ਤੇ ਇੱਕ ਦੂਜੇ ਦੀ ਗੱਲ ਸੁਣਨੀ ਔਰ ਉਹਦੇ ਤੇ ਵਿਚਾਰ ਕਰਨਾ ਤੇ ਨੌਜਵਾਨ ਲੀਡਰਸ਼ਿਪ ਤੇ ਨੌਜਵਾਨਾਂ ਦਾ ਤੇ ਬਜ਼ੁਰਗਾਂ ਦਾ ਆਪਸੀ ਸੁਮੇਲ ਰਹਿਣਾ ਬੜਾ ਜ਼ਰੂਰੀ ਹੈ ਔਰ ਕਿਸੇ ਨੂੰ ਵੀ ਸਟੇਜ ਦੇ ਉੱਤੋਂ ਮਾੜਾ ਸ਼ਬਦ ਨਹੀਂ ਬੋਲਣਾ ਚਾਹੀਦਾ ਚਾਹੇ ਕਿਸੇ ਕੋਈ ਕਿਸਾਨ ਲੀਡਰ ਹੋਵੇ ਜਾਂ ਕੋਈ ਹੋਰ ਵਿਅਕਤੀ ਹੋਵੇ ਇੱਕ ਦੂਜੇ ਪ੍ਰਤੀ ਨਿੰਦਣਯੋਗ ਸ਼ਬਦ ਜਿਹੜੇ ਆ ਉਹ ਨਹੀਂ ਬੋਲਣੇ ਚਾਹੀਦੇ ਭਾਵੇਂ ਸਾਰੀਆਂ ਜਿੱਦਾਂ ਜਥੇਬੰਦੀਆਂ ਤੁਸੀਂ ਗੱਲ ਕੀਤੀਆਂ ਆਪਣੇ ਆਪਣੇ ਹਰ ਇੱਕ ਜਥੇਬੰਦੀ ਦਾ ਆਪਣਾ ਆਪਣਾ ਆਗੂ ਆ ਲੇਕਿਨ ਫੇਰ ਵੀ ਜੇ ਮੋਰਚੇ ਨੂੰ ਲੈ ਕੇ ਦੇਖੀਏ ਜਾਂ ਤੁਹਾਡੀ ਨਜ਼ਰ ਦੇ ਵਿੱਚ ਕੋਈ ਵਿਅਕਤੀਗਤ ਤੌਰ ਤੇ ਆਗੂ ਵੀ ਉਭਰਿਆ ਇਹਦੇ ਵਿੱਚ ਵੀ ਜਿਹੜੀ ਆਪਣੀ ਸ਼ਖਸੀਅਤ ਅੱਗੇ ਆਈ ਹੋਵੇ ਜਿਵੇਂ ਹੁਣ ਦੇਖੋ ਰਾਕੇਸ਼ ਸਿੰਘ ਟਕੈਤ ਏ ਉਹ ਉਸ 26 ਜਨਵਰੀ ਤੋਂ ਬਾਅਦ ਜਾਣੀ ਕਿ ਇੱਕ ਕਿਸਾਨ ਮੋਰਚੇ ਦਾ ਹੀਰੋ ਮੰਨਿਆ ਜਾ ਰਿਹਾ ਹੈ ਲੋਕਾਂ ਵੱਲੋਂ ਕਿਉਂਕਿ ਜਦੋਂ ਉਹਦੇ ਅਥਰੂ ਅੱਖਾਂ ਦੇ ਵਿੱਚ ਆਏ ਸੀ ਤਾਂ ਲੋਕਾਂ ਨੂੰ ਇੰਝ ਮਹਿਸੂਸ ਹੋਇਆ ਕਿ ਰਾਕੇਸ਼ ਸਿੰਘ ਟਕੈਤ ਨਹੀਂ ਰੋ ਰਿਹਾ ਇਹ ਸਾਨੂੰ ਸਾਰਿਆਂ ਨੂੰ ਰਵਾਇਆ ਜਾ ਰਿਹਾ ਤੇ ਇਸ ਤਰ੍ਹਾਂ ਹੀ ਗੁਰਨਾਮ ਸਿੰਘ ਚੜੂਨੀ ਏ ਜਾਂ ਬਲਵੀਰ ਸਿੰਘ ਰਾਜੇਵਾਲ ਨੇ ਜਾਂ ਜਿਹੜੇ ਹੋਰ ਸਰਵਨ ਸਿੰਘ ਧਨੇਰ ਨੇ ਆਪਣੇ ਸਤਨਾਮ ਸਿੰਘ ਪੰਨੂ ਨੇ ਜਿੰਨੇ ਵੀ ਇਹ ਲੀਡਰ ਨੇ ਇਹਨਾਂ ਦਾ ਆਪਣਾ ਵੀ ਕੱਦਕਾਰ ਵਧਿਆ ਇਸ ਗੱਲ ਦੇ ਨਾਲ ਇਹ ਵਿਚਾਰੇ 100-100, 200-200 ਬੰਦੇ ਨੂੰ ਵੀ ਸੰਬੋਧਨ ਕਰਕੇ ਖੁਸ਼ ਹੋ ਜਾਂਦੇ ਸੀ ਅੱਜ ਲੱਖਾਂ ਲੋਕ ਇਹਨਾਂ ਦੇ ਸਾਹਮਣੇ ਬੈਠੇ ਹੁੰਦੇ ਆ ਤੇ ਇਹ ਆਪਣੀ ਗੱਲ ਕਹਿੰਦੇ ਨੇ ਸੋ ਸੰਘਰਸ਼ ਦੇ ਵਿੱਚ ਜਦੋਂ ਇਸ ਤਰ੍ਹਾਂ ਦਾ ਮਾਣ ਸਤਿਕਾਰ ਮਿਲਦਾ ਹੁਣ ਕਈ ਵਾਰ ਜਦੋਂ ਅਸੀਂ ਮਹਿਸੂਸ ਕਰਦੇ ਹਾਂ ਕਿ ਸਾਨੂੰ ਲੋਕਾਂ ਨੇ ਜਿੰਨਾ ਮਾਣ ਸਤਿਕਾਰ ਦਿੱਤਾ ਹੈ ਉਹ ਅਸੀਂ ਜਿਹੜਾ ਸੰਘਰਸ਼ ਲੜਿਆ ਉਹਦੇ ਕਰਕੇ ਹੀ ਸਾਨੂੰ ਇਹ ਪਿਆਰ ਮਿਲਦਾ ਹੈ ਜਦੋਂ ਵੀ ਅਸੀਂ ਦੇਸ਼ ਦੁਨੀਆ ਦੇ ਵਿੱਚ ਵਿਚਰਦੇ ਹਾਂ ਤੁਹਾਡੇ ਵਰਗੇ ਸਤਿਕਾਰਯੋਗ ਜਿਹੜੇ ਆਪਣੇ ਵੀਰ ਨੇ ਉਹ ਸਾਨੂੰ ਪਿਆਰ ਦਿੰਦੇ ਨੇ ਉਹ ਸਾਰਾ ਸੰਘਰਸ਼ ਪ੍ਰਤੀ ਜਿਹੜੀ ਸਮਰਪਿਤ ਭਾਵਨਾ ਹੁੰਦੀ ਹੈ ਉਸ ਨਾਲ ਹੀ ਬਾਕੀ ਜੱਗ ਤਾਂ ਜਿੱਤਿਆ ਹੀ ਨਹੀਂ ਜਾ ਸਕਦਾ ਜੇ ਆਪਾਂ ਕਹਿ ਦਈਏ ਕਿ ਸਾਰੀ ਦੁਨੀਆ ਹੀ ਇੱਕ ਪਾਸੇ ਉਲਾਰ ਹੋ ਜਾਵੇ ਕਦੇ ਵੀ ਨਹੀਂ ਹੋਇਆ ਪਰ ਇਹ ਕਿਸਾਨ ਲੀਡਰਸ਼ਿਪ ਨੂੰ ਹੀ ਵਿਚਾਰੇ ਫੰਡ ਤੋਂ ਬਹੁਤ ਟਾਈਟ ਰਹਿੰਦੇ ਸੀ ਅੱਜ ਲੱਖਾਂ ਨਹੀਂ ਕਰੋੜਾਂ ਰੁਪਏ ਫੰਡ ਵੀ ਉਹਨਾਂ ਨੂੰ ਮਿਲਿਆ ਹੈ ਔਰ ਉਹਨਾਂ ਨੂੰ ਪੂਰਾ ਮਾਣ ਸਤਿਕਾਰ ਮਿਲਦਾ ਸੋ ਇਹ ਮਾਣ ਸਤਿਕਾਰ ਮਿਲ ਜਾਣਾ ਵੱਡੀ ਗੱਲ ਨਹੀਂ ਉਹਨੂੰ ਸੰਭਾਲਣਾ ਸਭ ਤੋਂ ਵੱਡੀ ਗੱਲ ਹੈ ਸੋ ਇਹ ਮਾਣ ਸਤਿਕਾਰ ਜਿਹੜਾ ਹੈ ਉਹਨੂੰ ਬਰਕਰਾਰ ਰੱਖਣਾ ਸਭ ਤੋਂ ਜ਼ਰੂਰੀ ਹੈ ਔਰ ਉਸ ਲਈ ਨੀਵੇਂ ਸੋ ਗੌਰਾ ਹੋਏ ਤੇ ਸਾਨੂੰ ਜਿਹੜਾ ਨਾ ਐਸਾ ਕੰਮ ਮੂਲੇ ਨਾ ਕੀਤੇ ਜਿਸ ਅੰਤ ਪਛਤਾਈਏ ਕੋਈ ਵੀ ਇਸ ਤਰ੍ਹਾਂ ਦਾ ਕੰਮ ਨਹੀਂ ਕਰਨਾ ਚਾਹੀਦਾ ਜਿਸ ਤਰ੍ਹਾਂ ਦੇ ਲਾਂਛਨ ਪਿਛਲੇ ਸਮੇਂ ਦੇ ਵਿੱਚ ਧਰਮਯੁੱਧ ਮੋਰਚੇ ਦੇ ਦਰਮਿਆਨ ਸੰਤ ਧਿਆਨ ਸਿੰਘ ਲੌਂਗੋਵਾਲ ਤੇ ਲੱਗੇ
ਤੇ ਕਿੱਥੇ ਉਹਨਾਂ ਨੂੰ ਇਹਨਾਂ ਸਤਿਕਾਰ ਸੰਤ ਜਰਨੈਲ ਸਿੰਘ ਜੀ ਭਿੰਡਰਾਂ ਵਾਲਿਆਂ ਵੱਲੋਂ ਭਾਈ ਅਮਰੀਕ ਸਿੰਘ ਜੀ ਵੱਲੋਂ ਮਿਲਦਾ ਸੀ ਤੇ ਕਿੱਥੇ ਉਹਨਾਂ ਨੂੰ ਕੌਮ ਦਾ ਗਦਾਰ ਕਿਹਾ ਗਿਆ। ਸੋ ਇਸ ਤਰ੍ਹਾਂ ਦੀ ਗਦਾਰੀ ਵਾਲਾ ਟਿੱਕਾ ਜਿਹੜਾ ਹੈ ਕੋਈ ਜਾਣ ਬੁੱਝ ਕੇ ਨਹੀਂ ਲਵਾਉਂਦਾ। ਕਈ ਵਾਰੀ ਵਲ ਫਰੇਬ ਔਰ ਸਰਕਾਰਾਂ ਦੇ ਝੂਠੇ ਝਾਂਸਿਆਂ ਦੇ ਵਿੱਚ ਲੋਕ ਆ ਜਾਂਦੇ ਆ। ਸੋ ਪਿਛਲੇ ਤਜਰਬਿਆਂ ਤੋਂ ਸਾਰਿਆਂ ਨੂੰ ਹੀ ਸਿੱਖਣਾ ਚਾਹੀਦਾ। ਕਿਰਨਾਂ ਸਿੰਘ ਜੀ ਜਿੱਦਾਂ ਆਪਾਂ ਪਹਿਲਾਂ ਪ੍ਰੋਗਰਾਮ ਚੱਲਦੇ ਜੀ ਗੱਲ ਕੀਤੀ ਸੀ, ਤੁਹਾਨੂੰ ਲੱਗਦਾ ਕਿ ਜੇ ਸਰਕਾਰ ਵੀ ਟਰੱਸਟ ਤੋਂ ਮਾਫ਼ ਨਹੀਂ ਹੁੰਦੇ, ਕਿਸਾਨ ਵੀ ਨਹੀਂ ਮੂਵ ਹੁੰਦੇ ਤੇ ਕਿਤੇ ਨਾ ਕਿਤੇ ਸਮਝੌਤਾ ਕਰ ਲੈਣਾ ਚਾਹੀਦਾ। ਕਿਤੇ ਨਾ ਜਿਸ ਤਰ੍ਹਾਂ ਤੁਸੀਂ ਪ੍ਰਸ਼ਾਂਤ ਭੂਸ਼ਣ ਦੀ ਗੱਲ ਕੀਤੀ ਸੀ, 3 ਸਾਲ ਦਾ ਸਟੇ ਲੱਗ ਜਾਂਦਾ, ਇਹਦੇ ਤੇ ਐਗਰੀ ਹੋ ਜਾਣਾ ਚਾਹੀਦਾ ਜਾਂ ਨਹੀਂ? ਨਹੀਂ ਜੀ, ਇਹ ਜਿਹੜਾ ਨਾ ਇਸ ਦੇ ਸੰਬੰਧ ਵਿੱਚ ਮੈਂ ਇਹੋ ਗੱਲ ਕਹਿ ਰਿਹਾ ਕਿ ਲੋਕ ਜਿਹੜੇ ਆ ਉਹ ਬਹੁ ਗਿਣਤੀ ਦੇ ਵਿੱਚ ਅੱਜ ਕਿਸਾਨ ਸੰਘਰਸ਼ ਦੇ ਵਿੱਚ ਉੱਥੇ ਬੈਠੇ ਨੇ। ਕੋਈ ਕੋਈ ਘਰਾਂ ਦੇ ਵਿੱਚ ਨਹੀਂ ਬੈਠਾ, ਹਰ ਪਰਿਵਾਰ ਦਾ ਇੱਕ ਇੱਕ ਮੈਂਬਰ ਉੱਥੇ ਬੈਠਾ ਹੋਇਆ, ਬਾਕੀ ਜਿਹੜੇ ਨਹੀਂ ਵੀ ਬੈਠੇ ਉਹਨਾਂ ਦਾ ਵੀ ਧਿਆਨ ਉੱਥੇ ਆ। ਸੋ ਜਿਹੜਾ ਵੀ ਕੋਈ ਫੈਸਲਾ ਲੈਣਾ ਹੈ, ਫੈਸਲਾ ਤੇ ਇੱਕੋ ਹੀ ਹੈ ਕਿ ਕਾਲੇ ਕਾਨੂੰਨ ਰੱਦ ਹੋਣ। ਇੰਨਾ ਵੱਡਾ ਨੁਕਸਾਨ ਹੋ ਗਿਆ, 200 ਤੋਂ ਵੱਧ ਕਿਸਾਨ ਜਿਹੜੇ ਆ ਉਹ ਸ਼ਹਾਦਤ ਦੇ ਚੁੱਕੇ ਨੇ। ਅਜਿਹੇ ਹਾਲਾਤਾਂ ਦੇ ਵਿੱਚ ਸਾਡੀ ਅੰਤਮ ਕੋਸ਼ਿਸ਼ ਇਹੋ ਰਹਿਣੀ ਚਾਹੀਦੀ ਕਿ ਕਾਨੂੰਨ ਰੱਦ ਹੋਣ। ਫਿਰ ਵੀ ਕੋਈ ਵੀ ਫੈਸਲਾ ਕਰਨਾ ਤਾਂ ਉਹ ਫੈਸਲਾ ਜਿਹੜਾ ਸਰਬਸੰਮਤੀ ਦੇ ਨਾਲ ਹਰ ਪੱਖ ਨੂੰ ਟਟੋਲ ਕੇ ਕਿ ਉਸਦਾ ਆਉਣ ਵਾਲੇ ਸਮੇਂ ਦੇ ਵਿੱਚ ਕਿਸੇ ਵਿਅਕਤੀ ਵਿਸ਼ੇਸ਼ ਨੂੰ ਫਾਇਦਾ ਨਾ ਹੋਵੇ, ਕਿਸੇ ਦਾ ਨੁਕਸਾਨ ਨਾ ਹੋਵੇ, ਕਿਸੇ ਦੇ ਉੱਤੇ ਧੱਬਾ ਨਾ ਲੱਗੇ ਤੇ ਇਸ ਦੇ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਲੋਕ ਨਿਰਾਸ਼ ਨਾ ਹੋਣ। ਜਿਹੜਾ ਵੀ ਕਦਮ ਚੁੱਕਿਆ ਜਾਵੇ ਬੜਾ ਸੋਚ ਸਮਝ ਕੇ ਚੁੱਕਿਆ ਜਾਵੇ, ਪਰ ਇੱਕ ਗੱਲ ਦਾ ਖਿਆਲ ਰੱਖਿਆ ਜਾਵੇ ਕਿ ਸਾਨੂੰ ਇਸ ਅੰਦੋਲਨ ਨੂੰ ਕਿਸੇ ਵੀ ਹਾਲਤ ਵਿੱਚ ਹਿੰਸਕ ਨਹੀਂ ਹੋਣ ਦੇਣਾ ਚਾਹੀਦਾ, ਕਿਉਂਕਿ ਜੇ ਹਿੰਸਾ ਹੋਵੇਗੀ ਤੇ ਸਭ ਤੋਂ ਜ਼ਿਆਦਾ ਨੁਕਸਾਨ ਇਸ ਮੋਰਚੇ ਦਾ ਹੋਵੇਗਾ ਔਰ ਉਸ ਦੇ ਨਾਲ ਸਾਡੇ ਪੱਲੇ ਬਦਨਾਮੀ ਪਵੇਗੀ, ਸਾਨੂੰ ਉਹਦੇ ਚ ਫਾਇਦਾ ਨਹੀਂ ਮਿਲੇਗਾ। ਠੀਕ ਹੈ ਭਾਈ ਕਰਨੈਲ ਸਿੰਘ ਜੀ, ਬਹੁਤ ਬਹੁਤ ਧੰਨਵਾਦ ਤੁਸੀਂ ਸਮਾਂ ਦਿੱਤਾ ਆਵਾਜ਼ ਕੌਮ ਵਾਸਤੇ, ਤੇ ਬਹੁਤ ਬਹੁਤ ਮਿਹਰਬਾਨੀ ਤੁਹਾਡੀ, ਤੇ ਫਿਰ ਵੀ ਆਪਾਂ ਅਗਲੇ ਸਾਲ ਮਿਲਦੇ ਰਹਾਂਗੇ। ਧੰਨਵਾਦ ਭਾਈ ਸਾਹਿਬ ਜੀ, ਆਵਾਜ਼ ਕੌਮ ਦਾ, ਭਾਈ ਰਘਵੀਰ ਸਿੰਘ ਜੀ ਤੁਹਾਡੀ ਸਿਹਤ ਦੀ ਤੰਦਰੁਸਤੀ ਵਾਸਤੇ, ਤੁਹਾਡੀ ਸਮੁੱਚੀ ਮੈਨੇਜਮੈਂਟ ਦਾ ਔਰ ਦੇਸ਼ ਦੁਨੀਆ ਅੰਦਰ ਵਸਦੀ ਸਿੱਖ ਕੌਮ ਦਾ, ਪੰਜਾਬੀਆਂ ਦਾ, ਮਾਨਵਤਾ ਨੂੰ ਪਿਆਰ ਕਰਨ ਵਾਲੇ ਹਰ ਸ਼ਖਸ ਦਾ ਮੈਂ ਰਿਣੀ ਆ ਤੇ ਫਤਿਹ ਕਲਾਉਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਰਸ਼ਕ ਸਨ ਭਾਈ ਕਰਨੈਲ ਸਿੰਘ ਜੀ, ਪੀਰ ਮੁਹੰਮਦ।